ਹੋਰ ਸੁਣਾਓ, ਸਭ ਠੀਕ ਠਾਕ ਹੋ ਭਾਈ? ਬਸ ਠੀਕ ਠਾਕ, ਦੁਆਵਾਂ ਤੁਹਾਡੀਆਂ। ਠੀਕ, ਦਫਾ ਕਰਿਆ ਕਰੋ, ਇਹ ਜਿਹੜਾ ਕੰਧ ਜਿਹੜਾ ਨਾ ਕੋਈ ਫੋਪੁਰ ਕਰਾਇਆ ਕਰੋ। ਉਸ ਖਾਦਮ ਹੁਸੈਨ, ਹੋਰ ਸਭ ਅੱਛਾ ਚੱਲ ਰਿਹਾ? ਬਸ ਠੀਕ ਠਾਕ ਜਨਾਬ। ਤੇਰੀ ਮਾਂ ਦੇ ਕੁੱਤੀ ਦਾ ਕੁੱਤੀ ਦਾ ਪੁੱਤਰਾ, ਕਿਹੜਾ ਗਸ਼ਤੀ ਦਾ ਬੱਚਾ, ਮਾਂ ਨੂੰ ਜਵਾਵਾਂ ਦੀ ਆਈਡੀ ਕਿੱਥੇ ਗਈ? ਗਸ਼ਤੀ ਮਾਂ ਦੇ ਬੱਚੇ ਦੀ, ਤੇਰੀ ਮਾਂ ਨਾਲ ਜਨਾ ਕਰਾਂ ਭੈਣ ਦੀ, ਤੇਰੀ ਦੀ ਕੁਛ ਲੁੱਲ ਮਾਰਾਂ ਕਿਸੇ ਕੰਜਰੀ ਮਾਂ ਦੇ ਬੱਚਿਆਂ। ਕਾਕਸ਼ ਭਾਈ ਇਹਨੂੰ ਬਲਾਕ ਕਰ, ਗਸ਼ਤੀ ਮਾਂ ਦੇ ਬੱਚੇ ਨੂੰ ਉੱਥੇ ਸੁੱਟ ਸੂ ਜਿੱਥੇ ਇਹਦੀ ਮਾਂ ਦੀ ਕੁਰਸੀ ਵੀ ਨਾ ਲੱਗੇ, ਕਿਸੇ ਕੰਜਰੀ ਦੇ ਪੁੱਤਰੋ ਤੁਹਾਡੀ ਮਾਂ ਨੂੰ ਲੁੱਲ ਮੁੱਲ ਹਦੋ। ਕਾਸ਼ ਤੂੰ ਮੇਰੇ ਸਾਹਮਣੇ ਗੱਲ ਕਰਦਾ ਨਾ, ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਤੇਰੀ ਭੈਣ ਨੂੰ ਲੁੱਲ ਮਾਰਾਂ, ਤੈਨੂੰ ਮੈਂ ਦੋ ਟੋਟੇ ਤੇਰੇ ਕਰ ਦਿੰਦਾ ਗਸ਼ਤੀ ਦੇ ਬੱਚਿਆਂ ਤੇ ਵਿਚਕਾਰੋਂ ਅੱਖ ਤੋਂ ਰੱਖ ਕੇ ਨਾ, ਤੇ ਤੇਰੀ ਮਾਂ ਨੂੰ ਲੁੱਲ ਤੇਰੇ ਦੋ ਲੰਨ ਤੱਕ ਤੇਰੇ ਦੋ ਟੋਟੇ ਕਰਦਾ ਕਿਸੇ ਕੁੱਤੀ ਦੇ ਪੁੱਤਰਾ, ਤੇਰੀ ਮਾਂ ਨਾਲ ਜ਼ਨਾ ਕਰਾਂ। ਚੰਗੇ ਭਲੇ ਭੈਣ ਜਦੋਂ ਆਪਣੇ ਕੰਟੈਂਟ ਤੇ ਲੱਗੇ ਸਾਂ। ਅੱਛਾ ਉਹ ਇਹ ਕੁੱਤੀ ਦੇ ਬੱਚੇ ਥੱਲੇ ਬਹਿ ਕੇ ਸੁਣਨਾ ਪਿਆ, ਇਹ ਜਿਹੜਾ ਤੇਰੀ ਅੰਮਾ ਜਾਨ ਜਾਂ ਚੌਂਕ ਸੀ ਸੁਣਿਆ, ਉਹ ਟਗੇ ਟਗੇ ਜੀ ਫੁੱਦੀ ਮਰਵਾਉਂਦੀ ਸੀ ਤੇ ਉਹਨੇ 50,000 ਰੁਪਈਆ ਇਕੱਠਾ ਕਰ ਲਿਆ ਸੀ। ਇੱਕ ਆਨੇ ਦੀ ਫੁੱਦੀ ਲੈਣੀ ਤੇ ਤੇਲ ਵੀ ਕੋਲੋਂ ਲਾਉਣਾ, ਕਿੱਡੀ ਸਸਤੀ ਫੁੱਦੀ ਵੇਚੀ ਨੁਸਰਤ ਜਹਾਨ ਤੁਹਾਡੀ ਮਰਜ਼ਈਓ ਅੰਮਾ ਜਾਨ ਨੇ ਮਾਂ ਨੂੰ ਲੁੱਲ ਜੇ, ਤੇ ਤੁਸੀਂ ਉਹਦੇ ਹਰਾਜੇ ਤਹਿਤੀਨ ਪੇਸ਼ ਕਰਨ ਵਾਸਤੇ ਉਸ ਚੌਂਕ ਦਾ ਨਾਂ ਹੀ ਅੰਮਾ ਜਾਨ ਚੌਂਕ ਬਣਾ ਛੱਡਿਆ। ਭੈਣ ਕੇ ਲੋੜਿਓ ਗਸ਼ਤੀ ਦੇ ਬੱਚਿਓ, ਜਾਓ ਜਾ ਕੇ ਰੱਬੋ ਚੌਂਕ ਵੇਖੋ ਜਿੱਥੇ ਮੰਜੀ ਪਈ ਹੁੰਦੀ ਸੀ, ਜਿੱਥੇ ਜਵਾਂਦੀ ਸੀ ਭੈਣ ਨੂੰ ਲੁੱਲ ਜੇ ਤੇਲ ਦੀ ਸ਼ੀਸ਼ੀ ਕੋਲ ਰੱਖ ਕੇ। ਆਨੇ ਦੀ ਫੁੱਦੀ, ਆਨੇ ਦੀ ਫੁੱਦੀ, ਮਰਜ਼ਈਓ ਕੀ ਅੰਮਾ ਜਾਨ ਨੁਸਰ ਜਹਾਨ, ਹੈ ਭੈਣ ਨੂੰ ਲੰਨ ਤੁਹਾਡੀ ਨੂੰ ਗੰਦਗੀ ਦੀ ਪੈਦਾਵਾਰ, ਮਾਂ ਨੂੰ ਲੁੱਲ ਜੇ ਕੁੱਤੇ ਦੇ ਪੁੱਤਰੋ। ਮਾਂ ਦੀ ਛੋਲੀ ਹੋਵੇ ਗਸ਼ਤੀ ਗਸ਼ਤੌਰ ਉਡਲ ਦੇ ਬੱਚੇ। ਠੀਕ ਹੈ ਭਾਈ ਜਾਨ, ਲੱਗੇ ਰਹੋ ਉਹਨਾਂ ਦਾ, ਇਹ ਮਸੱਲੀ ਇਹਦੇ ਨਾਲ ਚਾਇਆ ਕਰੋ ਭੈਣ ਯਾਕ। ਮਸੱਲੀ ਆਏ ਨਾ ਉੱਤੇ, ਮੈਂ ਉਹਨਾਂ ਗੱਲ ਕਰੇ ਨਾ, ਦੱਸੇ ਨਾ, ਮਿਰਜ਼ਾ ਕਹਿੰਦਾ ਸੀ ਸੱਚੇ ਮੁਸਲਮਾਨ ਬਣਨਾ ਹੈ ਤਾਂ ਬੱਚੇ ਮਰਵਾ ਲਓ, ਹੈਂ ਤੋ ਐਸੇ ਮਰਵਾਓ ਬਾਬਾ ਫਰੀਦ ਕਾ ਮਕਤੂਲਾ, ਉਹਦੇ ਤੇ ਵੀ ਝੂਠ ਮਾਰਿਆ ਗਸ਼ਤੀ ਦੇ ਬੱਚੇ ਨੇ, ਤੇ ਕਹਿੰਦਾ ਕਿ ਬਾਬਾ ਮਕਤੂਲਾ ਬਾਬਾ ਫਰੀਦ ਕਾ ਬੜਾ ਸਹੀ ਮਕਤੂਲਾ ਹੈ ਕਿ ਬੱਚੇ ਮਰਵਾ ਲਓ, ਬੱਚਾ ਮਰ ਗਿਆ ਜੈਸੇ ਕਤੂਰਾ ਕੁੱਤੀ ਕਾ ਬੱਚਾ। ਅਬ ਮਿਰਜ਼ੇ ਕੀ ਚੱਲ, ਤੈਨੂੰ ਮੈਂ ਹਵਾਲਾ ਦੇ ਦਾ ਕੁੱਤੇ ਨੂੰ ਚੁੱਕੋ ਸੀ ਯਾਰ, ਮਸੱਲੀ ਆਪਣੇ ਨੇ ਪੱਠੇ ਦਾ ਕੰਮ ਕਰਨੇ ਨੇ, ਠੀਕ ਹੈ ਮੈਂ ਉਹ ਜਿਹਾ ਲੱਗਾ ਬਿਲਕੁਲ, ਉਹ ਵੀ ਐਸਾ ਮੇਰੇ ਵੱਤ ਵੱਤ ਕਰੀ ਆਪਣੇ ਨੇ ਕੁੜੀ ਆਪਣੇ ਪੁੱਤਰ, ਤਾਂ ਮੈਂ ਮਸੱਲੀ ਨੂੰ ਪਰੇ ਕਰੋ। ਚੱਲ ਉੱਤੇ ਆ ਤੈਨੂੰ ਕੁੱਤੀ ਦਾ ਬੱਚਾ ਵਹਾਵਾਂ। ਓਕੇ ਅੱਲਾ ਹਾਫਿਜ਼। ਓਕੇ ਜਨਾਬ ਅੱਲਾ ਹਾਫਿਜ਼। ਕਾਗਜ਼ ਭਾਈ ਇਹਨੂੰ ਚੁੱਕੀ ਜ਼ਰਾ ਮਸੱਲੀ ਨੂੰ। ਇਹੋ ਜਿਹੀ ਮਸੱਲੀ ਤਾਂ ਚਾਹੀਦੇ ਹੁੰਦੇ ਜਿਹੜੇ ਕਿ ਭੈਣ ਹੀ ਜ਼ੋਰ ਹੱਥੀ ਲੁੱਲਾ ਪਵਾਉਣ ਮਿਰਜ਼ੇ ਦੀ ਮਾਂ ਦੀ ਕੂਸੀ 'ਚ। ਚੱਲ ਓਏ ਉੱਤੇ ਆ, ਓਏ ਉੱਤੇ ਆ, ਤੈਨੂੰ ਕੁੱਤੀ ਦਾ ਬੱਚਾ ਵਹਾਵਾਂ, ਨਾਲ ਕਤੂਰਾ ਵਹਾਵਾਂ, ਨਾਲ ਕੁੱਤਾ ਵਹਾਵਾਂ। ਇਹ ਕਤੂਰੇ ਨੇ ਨਹੀਂ ਆਣਾ, ਮੈਂ ਰਿਕੁਐਸਟ ਪਾਈ, ਮੈਂ ਇਨਵੀਟੇਸ਼ਨ ਭੇਜੀ ਹੈ। ਚੱਲ ਉੱਤੇ ਆ, ਚੱਲ ਉੱਤੇ ਆ, ਇਹ ਪੜ ਆ ਕੇ। ਓਏ ਤੇਰੀ ਮਾਂ ਦਾ ਫੁੱਦਾ ਮਾਰਾ ਮਿਰਜ਼ੇ ਦੇ ਬੜਾ ਚੰਗੇ ਹੈ ਨਾ, ਹੈਂ ਇਹ ਆ ਕੇ ਪੜ, ਨਾਲ ਤੈਨੂੰ ਕਤੂਰਾ ਵਹਾਵਾਂ, ਨਾਲ ਕੁੱਤੀ ਦਾ ਬੱਚਾ ਵੀ ਵਹਾਵਾਂ। ਚਲਾ ਸਾਬਤ ਕਰਦਾ ਮੈਂ ਭੈਣ ਨੂੰ ਲੋਲੀ ਮਲਫੂਜ਼ਾਤ ਦੇ ਵਿੱਚ, ਮਿਰਜ਼ਾ ਕਹਿੰਦਾ ਸੀ ਪੂਰੇ ਮਰਜ਼ਈਓ ਭੈਣ ਕਿਉਂ ਲੋੜੇ ਹੋ, ਤੁਸੀਂ ਕੁੱਤੀ ਦੇ ਬੱਚੇ ਹੋ, ਹੈ ਆ ਜਾ ਹਿੰਮਤ ਕਰ ਆ ਉੱਤੇ। ਓਏ ਮਸਲੀਆ ਉੱਤੇ ਆ, ਇਹ ਵੇਖ ਕੁੱਤਾ
ਤੇ ਨਾਲ ਕਟੂਰਾ ਗੇਮ ਚੇਂਜਰ ਹੈ। ਕਟੂਰਾ ਵੇਲਾ ਕੀਰ ਵੀ ਰੱਖਿਆ ਕੁੱਤੀ ਕਾ ਬੱਚਾ ਹੈਂ ਕੁੱਤੀ ਕਾ ਬੱਚਾ ਯੇ ਵਾਲਾ ਕਟੂਰਾ ਔਰ ਯੇ ਬੜਾ ਕਟੂਰਾ ਔਰ ਯੇ ਬੜਾ ਕਟੂਰਾ ਕੁੱਤੀ ਕਾ ਬੱਚਾ ਕੁੱਤੀ ਕਾ ਬੱਚਾ ਅੰਡਰਸਟੂਡ ਅੰਡਰਸਟੂਡ ਨੀ ਲਾਣੀ ਤੁਹਾਡੀ ਨੂੰ ਗੇਮ ਚੇਂਜਰ ਉੱਤੇ ਆ ਨਾ ਭੈਣ ਨੂੰ ਲੋਹੇ ਤੁਹਾਡੀ ਤਬਲੀਗ ਹੀ ਇੰਜੀ ਹੋਣੀ ਕੁੱਤੀ ਮਾਂ ਦੇ ਵਿੱਚੋਂ ਪ੍ਰਫੈਕਟ ਵਿੱਚ ਦਬੋ ਵੋਇਸ ਫੁੱਲ ਹੋ ਰਹੀ ਉਹਨੂੰ ਲਾਣਾ ਜੇ ਪਹਿਲੇ ਕਿਤਾਬਾਂ ਤੇ ਉਹਦੀਆਂ ਪੜ੍ਹ ਲਓ ਗਿਸ਼ਤੀ ਮਾਂ ਦੇ ਵਿੱਚ ਇਹਦੀਆਂ ਕੀ ਭੈਣ ਹੀ ਆ ਗਿਆ ਪੰਜਰੀ ਮਾਂ ਦੇ ਵਿੱਚ ਅਸੀਂ ਪੜ੍ਹੀਏ ਤੇ ਤਕਲੀਫ ਹੁੰਦੀ ਹੈ ਤੁਹਾਡੀ ਮਾਂ ਦਾ ਪੁੱਦਾ ਮਾਰਾਂ ਗਿਸ਼ਤੀ ਮਾਂ ਦੇ ਵਿੱਚ ਗੇਮ ਚੇਂਜਰ ਵੇ ਕੈਸੀ ਗੇਮ ਚੇਂਜ ਹੋਈ ਹੈ ਹੈਂ ਲੁੱਲਾ ਤੂੰ ਲੈ ਕੇ ਆਇਆ ਸਾ ਮੈਂ ਉਲਟਾ ਤੇਰੀ ਬੋਂਡ 'ਚ ਪਾ ਦਿੱਤਾ ਇਹਨੂੰ ਕਹਿੰਦੇ ਨਹੀਂ ਗੇਮ ਚੇਂਜਰ ਠੀਕ ਹੈ ਇੰਝ ਗੇਮ ਚੇਂਜ ਕਰੀ ਦੀ ਹੈ ਹਿੰਮਤ ਆਈ ਤੇ ਉੱਤੇ ਆ ਤੂੰ ਕਹਿਣਾ ਇਨਸਾਨ ਦੇ ਬੱਚੇ ਆ ਤੇ ਨਾ ਇਨਸਾਨ ਦੇ ਬੱਚੇ ਹਾਰ ਵੀ ਗੱਲ ਕਰ ਲੈਣਾ ਤੈਨੂੰ ਸਮਝਾਉਂਦਾ ਕਿ ਮਿਰਜ਼ਾ ਕਹਿੰਦਾ ਸੀ ਤੁਹਾਡੀ ਭੈਣ ਦਾ ਪੁੱਤਾ ਤੁਸੀਂ ਕੁੱਤੀ ਦੇ ਬੱਚੇ ਹੋ ਮੈਂ ਤੈਨੂੰ ਭੈਣ ਨੂੰ ਲੋਲੀ ਤੈਨੂੰ ਲੰਨ ਵੀ ਸਾਬਤ ਕਰਦੇ ਹਾਂ ਸਮਝ ਆਈ ਨਾ ਮਿਰਜ਼ੇ ਦੀਆਂ ਕਿਤਾਬਾਂ 'ਚੋਂ ਉਹ ਤੁਹਾਨੂੰ ਕਹਿੰਦਾ ਸੀ ਤੁਸੀਂ ਹੰਜ਼ੀਰ ਹੋ ਤੁਸੀਂ ਕੀ ਹੋ ਹੰਜ਼ੀਰ ਹੈ ਉਹ ਕੀ ਕਹਿੰਦਾ ਸੀ ਆਵਸਾ ਵੈਲਕਮ ਹੋ ਗਿਆ ਮਿਰਜ਼ਾ ਕਹਿੰਦਾ ਸੀ ਕਿ ਤੁਸੀਂ ਉਜ਼ਵੇ ਤਨਾਸਲ ਹੋ ਬਾਪ ਕੀ ਅਹਿਮੀਅਤ ਉਸਨੇ ਬਤਾਈ ਹੈ ਬਾਪ ਇੱਕ ਐਸਾ ਹਕੀਰ ਔਰ ਜ਼ਲੀਲ ਲਫਜ਼ ਹੈ ਅਤੇ ਮਰਜ਼ਈਓ ਤੁਸੀਂ ਹਕੀਰ ਅਤੇ ਜ਼ਲੀਲ ਹੋ ਭੈਣ ਨੂੰ ਲੁੱਲ ਜੇ ਤੁਹਾਡੀਆਂ ਕਿਤਾਬਾਂ ਤੁਹਾਡੇ ਮੂੰਹ ਦੇ ਉੱਤੇ ਮਾਰਾਂ ਗਿਸ਼ਤੀ ਮਾਂ ਦੇ ਬੱਚਿਓ ਕਦੀ ਪੜ੍ਹੋ ਅਤੇ ਸਹੀ ਭੈਣ ਨੂੰ ਲੁੱਲ ਜੇ ਫਿਰ ਉਹ ਕਹਿੰਦਾ ਮਰਜ਼ੈਣਾ ਦੀ ਫੁੱਦੀ ਜਿਹੜੀ ਹੈ ਨਾ ਸਾਰੀਆਂ ਮਰਜ਼ੈਣਾ ਦੀ ਫੁੱਦੀ ਅਬੂ ਦਾਰਸ ਹੈ ਅਤੇ ਅਬੂ ਦਾਰਸ ਵੀ ਇੱਕ ਖੂਹ ਹੈ ਤੋ ਉਹ ਜਿੱਥੇ ਜਿੱਥੇ ਤੁਸੀਂ ਆਪਣੀ ਅੰਮਾ ਦੀ ਘੂਸੀ ਵੇਖੋ ਨਾ ਵਗਦੀ ਜਦੋਂ ਉਹਨੂੰ ਹੈਜ਼ ਹੋਏ ਠੀਕ ਹੈ ਉੱਥੋਂ ਤੁਸੀਂ ਪਾਣੀ ਜ਼ਰੂਰ ਪੀਣਾ ਕਿਉਂ ਕਿ ਉਹ ਕਹਿੰਦਾ ਸੀ ਇਹ ਖੂਹ ਹੈ ਅਤੇ ਖੂਹ ਦਾ ਪਾਣੀ ਵੀ ਜਿਹੜਾ ਨਾ ਖਲੋਤਾ ਰਹਿੰਦਾ ਅਤੇ ਕੋਈ ਨਹੀਂ ਪੀਂਦਾ ਅਤੇ ਉੱਥੋਂ ਪਾਣੀ ਪੀਆ ਕਰੋ ਜਾਂ ਆਪਣੀ ਮਾਂ ਦੇ ਪੁੱਦੇ 'ਚੋਂ ਅਤੇ ਜਾਂ ਆਪਣੀ ਭੈਣ ਦੇ ਘੂਸੇ 'ਚੋਂ ਜਦੋਂ ਉਹਨੂੰ ਪੀਰੀਅਡਸ ਆਉਂਦੇ ਨੇ ਗਿਸ਼ਤੀ ਦੇ ਬੱਚੇ ਹੁਣ ਮੈਂ ਤੁਹਾਨੂੰ ਸਾਬਤ ਨਾ ਕਰਾਂ ਮੈਂ ਗੱਲਾਂ ਨਹੀਂ ਕਰਦਾ ਮਾਊ ਨੂੰ ਲੁੱਲ ਜੇ ਇਹ ਪੂਰੇ ਹਵਾਲੇ ਮੌਜੂਦ ਨੇ ਗਿਸ਼ਤੀ ਮਾਂ ਦੇ ਬੱਚਿਓ ਜੇ ਕਹਿੰਦੇ ਹੋ ਤਾਂ ਮੈਂ ਖੂਹ ਵੀ ਵਹਾ ਦੇਣਾ ਜਿੱਥੋਂ ਤੁਸੀਂ ਪਾਣੀ ਪੀਣਾ ਤੁਹਾਡੀ ਭੈਣ ਨੂੰ ਯਮਨਾ ਸੀਗੇ ਆਵਾਜ਼ ਹੁਸੈਨ ਸਾਹਿਬ ਵੈਲਕਮ ਹੋ ਗਿਆ ਆਵਾਜ਼ ਸਾਹਿਬ ਸਲਾਮ ਅਲੈਕਮ ਸਲਾਮ ਅਲੈਕਮ ਵਾਲੇਕੁਮ ਸਲਾਮ ਕੈਸੇ ਬਰਕਾਤੋ ਕੈਸੇ ਹੋ ਸੋਨੇ ਜੀ ਖਰੀਏ ਸ਼ੁਕਰ ਅਲਹਮਦੁਲਿਲਾ ਮੈਂ ਸੁਣ ਰਿਹਾ ਮੈਂ ਖਾਣਾ ਖਾ ਕੇ ਫਿਰ ਗੱਲ ਕਰਨਾ ਚਲੋ ਠੀਕ ਹੈ ਨੋ ਪ੍ਰੋਬਲਮ ਓਕੇ ਨੋ ਪ੍ਰੋਬਲਮ ਲੀ ਭਾਈ ਕੈਸੇ ਹੈ ਆਪ ਠੀਕ ਹੈ
ਜੀ ਸ਼ਾਦ ਭਾਈ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸ਼ਾਦ ਭਾਈ ਬੰਦਾ ਸੱਦ ਲਓ ਕਾਲ ਤੇ, ਜੇ ਹੈਗਾ ਸੁਣਨ ਦਿਆ ਤੈਨੂੰ ਰਿਕੁਐਸਟ ਤੇ ਪਾਓ। ਬਸ ਉਹਨੇ ਜਿੰਨੀ ਭੈਣ ਹੀ ਹੋਣੀ ਸੀ ਉਹ ਛੜੀ ਗਿਸ਼ਤੀ ਦੇ ਬੱਚੇ ਨੇ, ਭੈਣ ਨੂੰ ਲੁੱਲ ਜੇ ਕੁੱਤੇ ਦੇ ਉਹ ਪੁੱਤਰੋ। ਗੱਲ ਕਰਨ ਦੇ ਕਾਰ ਪੜੀ ਨਾ ਦੀ, ਕਿਤਾਬਾਂ ਤੁਸੀਂ ਪੜ੍ਹੀਆਂ ਨਹੀਂ ਹੈ, ਹੈਂ ਤੇ ਭੈਣ ਨੂੰ ਲੰਜ ਮੇਰੇ ਲੰਦ ਤੇ ਪੀਂਘਾ ਕਿਉਂ ਪਾਉਂਦੇ ਹੋ? ਪਰ ਮਿਰਜ਼ਾ ਇੱਕ ਇਹ ਚੀਜ਼ ਹੈ, ਮਿਰਜ਼ਾ ਇੱਕ ਐਸੀ ਗੰਦੀ ਮੋਰੀ ਹੈ ਭੈਣ ਨੂੰ ਲੁੱਲ ਜੇ, ਜਿਹਦੀ ਉਂਗਲ ਜਿਹਦੀ ਬੁੰਡ 'ਚ ਉਂਗਲ ਦਿੰਦੇ ਹਾਂ ਨਾ ਤੇ ਤਕਲੀਫ ਤੁਹਾਨੂੰ ਹੁੰਦੀ ਹੈ। ਬੇਬੇ ਨੂੰ ਲੁੱਲ ਜੇ, ਦੇਖੋ ਜਿੰਜ ਦੀ ਤੁਹਾਡੀ ਕਿਤਾਬਾਂ ਨੇ ਨਾ ਉਂਝ ਦੀ ਤਬਲੀਗ ਹੋਣੀ ਜੇ, ਠੀਕ ਹੈ? ਜਿੰਜ ਦੀਆਂ ਤੁਹਾਡੀਆਂ ਕਿਤਾਬਾਂ ਨੇ ਉਂਝ ਦੀ ਹੀ ਤਬਲੀਗ ਹੋਣੀ ਹੈ। ਸ਼ਾਹਿਦ ਭਾਈ ਜੀ, ਸ਼ਾਹਿਦ ਭਾਈ ਸੋਰੀ, ਉਹਦੀ ਬੁੰਡ ਵਿੱਚ ਉਂਗਲ ਦੇ ਆਪਣੀ ਉਂਗਲ ਕਿਉਂ ਖਰਾਬ ਕਰਦੇ? ਨਹੀਂ ਮੈਂ ਆਬਦ ਹੁਸੈਨ ਸਾਹਿਬ, ਮੈਂ ਇਹ ਹਿਸਾਬ ਲਾਇਆ, ਮਿਰਜ਼ਾ ਉਹ ਭੈਣ ਕਾ ਲੋੜਾ ਡੱਗ ਕੁੱਤਾ ਸੀ ਗਿਸ਼ਤੀ ਦਾ ਬੱਚਾ, ਜਿਹਦੀ ਪੂਛਲ 'ਤੇ ਅਸੀਂ ਪੈਰ ਰੱਖਦੇ ਹਾਂ ਅਤੇ ਭੈਣ ਕੇ ਲੋੜੇ ਮਿਰਜ਼ਾ ਹੀ ਭੌਂਕਦੇ ਨੇ। ਇਹ ਮੇਰੀ ਪੂਰੀ ਸਾਲ ਦੀ ਐਨਾਲਾਈਜ਼ ਜੋ ਮੈਂ ਕੀਤਾ ਨਾ, ਮੈਂ ਇਸ ਨਤੀਜੇ 'ਤੇ ਪਹੁੰਚਿਆ। ਤੁਹਾਡੀ ਸਹੀ ਹੈ, ਇਹ ਗੱਲ ਸਹੀ ਹੈ। ਉੱਥੇ ਪਤਾ ਨਹੀਂ ਕਾਲਾ ਕਾਲੂ ਜਲਾਸ਼ ਕਾਜ਼ੀ ਯਾਰ ਮੁਹੰਮਦ ਅਤੇ ਹੋਰ ਪਤਾ ਨਹੀਂ ਕੌਣ ਕੌਣ ਫੇਰਦਾ ਰਿਹਾ, ਅਤੇ ਤੁਸੀਂ ਆਪਣੀ ਉਂਗਲ ਕਿਉਂ ਖਰਾਬ ਕਰਦੇ ਹੋ? ਮਾਂ ਨੂੰ ਲੰਨ ਦੀਆਂ ਜਿਹੜੀਆਂ ਕਿਤਾਬਾਂ ਭੈਣ ਨੂੰ ਲੁੱਲ ਦੇ, ਤੁਹਾਡੀ ਅਫੀਸ਼ੀਅਲ ਵੈਬਸਾਈਟ 'ਤੇ ਪਈ ਦੀਆਂ ਗਿਸ਼ਤੀ ਦੇ ਵਿੱਚੋਂ, ਜੇ ਅਸੀਂ ਪੜ੍ਹ ਪੜ੍ਹ ਕੇ ਤੁਹਾਡੇ ਮੂੰਹ ਦੇ ਉੱਤੇ ਟੱਟੀ ਮਲਦੇ ਹਾਂ ਵੀ ਭੈਣ ਨੂੰ ਲੁੱਲ ਜੇ, ਕਿਉਂ ਤਕਲੀਫ ਹੁੰਦੀ ਹੋਵੇ ਤੁਹਾਨੂੰ? ਕਿਉਂਕਿ ਮਿਰਜ਼ੇ ਦੀ ਟੱਟੀ ਹੈ। ਇਹੀ ਤੁਹਾਨੂੰ ਪਹਿਲਾ ਸਵਾਲ ਉਨਸੇ ਪੁੱਛਿਆ ਕਰੋ। ਅਮਰ ਸਾਹਿਬ ਕੀ ਪੁੱਛਾਂ ਉਹਦੇ ਕੋਲੋਂ? ਸੋਹਣਿਓ ਕੀ ਗੱਲ ਹੈ, ਤੁਸੀਂ ਲਾਈਵ 'ਤੇ ਕਿਉਂ ਨਹੀਂ ਆਉਂਦੇ? ਅਮਰ ਸਾਹਿਬ ਆਰ ਐੱਮ ਆਰ ਸਾਹਿਬ, ਕਿਹੜੀ ਗਲਤੀ ਹੋਈ ਜ਼ਾਲਿਮ ਕਿਤਾਬ ਪੜ੍ਹੀ ਹੈ? ਕਿਹੜੀ ਕਿਤਾਬ, ਕਿਹੜੀ ਕਿਤਾਬ? ਕਾਲੀਆਨੀ ਕੰਜਰ ਦੀ। ਅੱਛਾ ਜੀ, ਮੈਂ ਬਾਬਾ ਜੀ ਮੈਨੂੰ, ਮੈਂ ਦਾਅਵੇ ਨਾਲ ਕਹਿੰਦਾ ਮੇਰਾ ਬਰਾਡ ਚਲਾਉਣ ਦਾ ਮਕਸਦ ਇਹ ਵੇ ਮਰਜ਼ਈਆਂ ਨਾਲ, ਇਹ ਜਿਹੜੀ ਆਪਣੀ ਬਰਾਡਾਂ ਚਲਾਉਂਦੇ ਹੋ ਨਾ, ਵੀ ਤੁਹਾਡੀ ਮਾਂ ਦਾ ਫੁੱਦਾ ਮਾਰਿਆ ਮਰਦੇ ਹੋ, ਗਿਸ਼ਤੀ ਮਾਂ ਦੇ ਬੱਚਿਓ, ਰੰਡੀ ਮਾਂ ਦੇ ਬੱਚਿਓ, ਕਿਸੇ ਕੁੱਤੀ ਕਤੂਰੀ ਮਾਂ ਦੇ ਬੱਚਿਓ, ਮੇਰਾ ਚੈਲੰਜ ਏ ਚੈਲੰਜ, ਇਸ ਟਾਈਮ 46 ਬੰਦੇ ਸੁਣਦੇ ਉੱਪੇ, ਮੇਰਾ ਚੈਲੰਜ ਏ ਤੁਸੀਂ ਇੱਥੇ ਆ ਕੇ ਮਿਰਜ਼ੇ ਨੂੰ ਇਨਸਾਨ ਦਾ ਬੱਚਾ ਸਾਬਤ ਕਰ ਦਿਓ, ਠੀਕ ਹੈ? ਮੈਂ ਮਿਰਜ਼ੇ ਦੀਆਂ ਕਿਤਾਬਾਂ ਦੇ ਵਿੱਚੋਂ, ਮਿਰਜ਼ੇ ਦੇ ਹਵਾਲਿਆਂ ਦੇ ਵਿੱਚੋਂ ਭੈਣ ਨੂੰ ਲੁੱਲ ਜੇ, ਮਿਰਜ਼ੇ ਨੂੰ ਰੰਡੀ ਬਾਜ਼, ਮਿਰਜ਼ੇ ਨੂੰ ਜ਼ਨਾ ਦੀ ਤਲਕੀਨ ਕਰਨ ਵਾਲਾ, ਮਿਰਜ਼ੇ ਨੂੰ ਹਰਾਮ ਦਾ ਸਾਬਤ ਕਰਸਾਂ, ਮਿਰਜ਼ੇ ਨੂੰ ਚੋਰ ਸਾਬਤ ਕਰਸਾਂ, ਤੁਹਾਡੀ ਭੈਣ ਦਾ ਪੁੱਦਾ ਮਾਰਾਂ, ਕਿ ਮੈਂ ਨਾ ਸਾਬਤ ਕਰ ਸਕਿਆ, ਮੈਂ ਆਪਣੇ ਪਿਓ 'ਚੋਂ ਨਹੀਂ, ਜੇ ਆਪਣੀ ਟਿਕਟਾਕ ਦੀ ਆਈ ਡੀ ਨਾਲ ਡਿਲੀਟ ਕਰਦੇ ਹਾਂ ਗਿਸ਼ਤੀ ਦਿਓ ਬੱਚਿਓ, ਤੁਹਾਡੀ ਭੈਣ ਦਾ ਪੁੱਦਾ ਮਾਰਾਂ, ਇੱਕ ਇੱਕ ਲਫਜ਼ 'ਤੇ ਮਊ ਤੁਹਾਡੀ ਮਊ ਦਾ ਪੁੱਦਾ ਮਰਦਾ ਹੀ, ਮੇਰੇ ਕੋਲ ਇੰਝ ਨੱਸਦੇ ਨੇ ਜਿਵੇਂ ਭੈਣ 'ਚੋਂ ਕੁੱਤਾ ਇੱਟ ਤੋਂ ਨੱਸਦਾ। ਮਾਂ ਨੂੰ ਲੰਨ ਜੇ, ਗਿਸ਼ਤੀ ਦਿਓ ਬੱਚਿਓ, ਜਿਹੜਾ ਤੁਸੀਂ ਪੁੰਡ ਪਟੀਕਾ ਲਾਇਆ ਅਤੇ ਜਿਹੜੇ ਕੰਜਰ ਤੁਹਾਡੇ ਨਾਲ ਤੁਹਾਡੀਆਂ ਗੱਲਾਂ 'ਚ ਆਉਂਦੇ ਨੇ ਨਾ, ਵਫਾ 'ਤੇ ਹਿੱਸਾ ਹਜ਼ਾਰ 'ਤੇ ਹਿੱਸਾ, ਤੁਹਾਡੀ ਵੀ ਭੈਣ ਦਾ ਪੁੱਦਾ ਅਤੇ ਇਹਨਾਂ ਮੁਨਾਫਕਾਂ ਦੀ ਮਾਂ ਦੇ ਘੂਸੇ 'ਚ ਲੁੱਲੇ। ਮਾਂ ਨੂੰ ਲੁੱਲ ਜੇ, ਜੇ ਤਬਲੀਗ ਕਰਨੀ ਹੈ ਨਾ ਤਾਂ ਮਿਰਜ਼ੇ ਦੀਆਂ ਕਿਤਾਬਾਂ ਦੀ ਕਰੋ, ਇਹਨਾਂ ਨੂੰ ਦੱਸੋ ਕਿਹੜੀ ਕਿਹੜੀ ਟੱਟੀ ਭੈਣ ਦੀ ਕੁਸੀ ਹਵਾ ਮਿਰਜ਼ਾ ਲੈ ਗਿਆ ਸੀ। ਮਿਰਜ਼ੇ ਦੇ ਕੰਜਰ ਖਾਨੇ ਦੀ ਕਰੋ, ਜਿਹੜਾ ਨਦਾ ਨਸਰ ਦੇ ਨਾਲ ਇਹਨਾਂ ਨੇ ਕੰਜਰ ਖਾਨਾ ਖੋਲਿਆ ਲੇਟੈਸਟ, ਮਤਲਬ ਮਿਰਜ਼ਾ ਆਪ ਵੀ ਰੰਡੀ ਬਾਜ਼ ਸੀ, ਜ਼ਨਾਹ ਕਰਾਉਂਦਾ ਸੀ, ਮਿਰਜ਼ੇ ਦੀ ਨਸਲ ਮੁਦਾ ਕਾਣਾ ਜਿਹੜਾ ਦੋ ਨੰਬਰ ਸੀ ਉਹ ਆਪਣੀ ਬੇਟੀ ਦੇ ਨਾਲ
ਇਹ ਜਿਹੜੀ ਉਮੇ ਤਾਹਿਰ ਬਣੀ ਹੈ ਬਾਅਦ 'ਚ ਗਸ਼ਤੀ ਜਿਹੜੀ ਹੈ ਉਹਦੀ ਗੱਲਾਂ ਕਰੋ, ਜੇ ਗੱਲ ਕਰਨੀ ਹੈ ਤਾਂ ਭੈਣ ਦੇਖੋ ਪਹਿਲੇ ਮਿਰਜ਼ੇ ਨੂੰ ਇਨਸਾਨ ਦਾ ਪੁੱਤਰ ਸਾਬਤ ਕਰੋ। ਕਾਕਸ਼ ਭਾਈ ਮੈਂ ਫਨੀ ਗੱਲਾਂ ਨਹੀਂ ਕਰਦਾ, ਇਹ ਸੁਣ ਲਓ ਜੀ ਹੈ ਕਿ ਕੰਜਰੀ ਦਾ ਬੱਚਾ ਪੈਂਦਾ ਜਿਹੜਾ ਚਲੋ ਜੀ ਫਾਇਰ ਕੁੱਤੇ ਪਾਉਂ ਪਾਉਂ ਇਸ ਦੁਨੀਆ ਮੇਂ ਸਭਸੇ ਪਹਿਲੇ ਇਨਸਾਨ ਕਹਾਂ ਸੇ ਆਇਆ ਥਾ? ਜੋ ਤਹਿਕੀਕ ਹੋਈ ਹੈ ਮੌਜੂਦਾ ਉਸਕੇ ਮੁਤਾਬਿਕ ਸਭਸੇ ਪਹਿਲਾ ਇਨਸਾਨ ਅਫਰੀਕਾ ਮੇਂ ਪੈਦਾ ਹੁਆ ਥਾ ਔਰ ਅਫਰੀਕਾ ਸੇ ਫਿਰ ਵੋ ਦੂਸਰੇ ਮੁਲਕੋਂ ਮੇਂ ਐਕਸਪੋਰਟ ਹੁਆ ਹੈ। ਅਫਰੀਕਨੋਂ ਕਾ ਰੰਗ ਤੋ ਕਾਲਾ ਹੁੰਦਾ ਹੈ ਅਫਰੀਕਨੋਂ ਕਾ ਰੰਗ ਤੋ ਕਾਲਾ ਹੁੰਦਾ ਹੈ ਅਫਰੀਕਨੋਂ ਕਾ ਰੰਗ ਤੋ ਕਾਲਾ ਹੁੰਦਾ ਹੈ ਲੇਕਿਨ ਉਸ ਆਦਮੀ ਕੇ ਉਸਕੀ ਰਾਤ ਜੋ ਥੀ ਵੋ ਕਾਲੀ ਨਹੀਂ ਹੋਈ ਬਲਕਿ ਜਿਨ ਮੁਲਕੋਂ ਮੇਂ ਗਈ ਉਨਕੀ ਆਬੋ ਹਵਾ ਕੇ ਅਸਰ ਸੇ ਉਨਕਾ ਰੰਗ ਆਸਤਾ ਆਸਤਾ ਮਿਟ ਕਰ ਸਫੇਦੀ ਮਾਲ ਵੀ ਹੋ ਗਿਆ ਫਿਰ ਸੁਰਖੀ ਮਾਲ ਵੀ ਹੋ ਗਿਆ ਮਗਰ ਪਹਿਲਾ ਇਨਸਾਨ ਅਫਰੀਕਾ ਮੇਂ ਪੈਦਾ ਹੁਆ ਔਰ ਕਹਤੇ ਹੈ ਵੋ ਔਰਤ ਥੀ ਪਹਿਲੀ ਸ਼ਖਸ ਜੋ ਪੈਦਾ ਹੋਈ ਹੈ ਵੋ ਔਰਤ ਥੀ ਔਰ ਉਸ ਸੇ ਫਿਰ ਆਗੇ ਬੱਚੇ ਪੈਦਾ ਹੋਏ ਹੈ। ਪਹਿਲਾ ਸ਼ਖਸ ਔਰਤ ਔਰਤ ਸੀ ਪਹਿਲਾ ਸ਼ਖਸ ਸੀ ਤੇ ਔਰਤ ਸੀ। ਇਸ ਇਲਮ ਦਾ ਸਮੁੰਦਰ ਵੇਖੋ ਭੈਣ ਚੋਦ ਖਲੀਫਾ ਇਹਨਾਂ ਗਸ਼ਤੀ ਮਾਰ ਦਿਆ ਬੱਚਿਆਂ ਦਾ ਇਹ ਕਹਿੰਦੇ ਮੈਨੂੰ ਰਸ਼ੀਆ ਦੇ ਨਿਊਕਲੀਅਰ ਬੰਬ ਦੀ ਵੀ ਖਬਰ ਸੀ ਜਦੋਂ ਬਣ ਰਿਹਾ ਸੀ ਅਲਾਮ ਹੋਇਆ ਸੀ ਉਹ ਭੈਣ ਯਾਕਾ ਤੇਰੇ ਨਾਲ ਵਾਲੇ ਕਮਰੇ 'ਚ ਤੇਰੀ ਨਿਵਾਸੀ ਨਾਲ ਤੇਰਾ ਜਵਾਈ ਜਿਹੜਾ ਹੈ ਜ਼ਨਾ ਕਰਦਾ ਰਿਹਾ 36 ਸਾਲ ਤੈਨੂੰ ਉਹਦੀ ਖਬਰ ਨਹੀਂ ਹੋਈ? ਇਹ ਖਾਨਦਾਨੀ ਹੈ ਇਹ ਖੁਦਾਈ ਖਲੀਫਾ ਕਹਿਣ ਵਾਲੇ ਖਨਜ਼ੀਰੋ ਮਰਜ਼ਈਓ ਉਹ ਕੁੱਤੀ ਮਾਰ ਦਿਓ ਬੱਚੋ ਨਿਦਾ ਨੂੰ ਇਨਸਾਫ ਦਿਲਾਓ ਤੁਸੀਂ ਤੇ ਉਹਦੀ ਜਿਹੜੀ ਉਹ ਮਿਰਜ਼ਾ ਨਾਸਰ ਦਾ ਮੁੰਡਾ ਸੀ ਜਿਹੜਾ ਆਪਣੀ ਬੇਟੀ ਦੇ ਨਾਲ ਜ਼ਨਾ ਕਰ ਰਿਹਾ ਇਹ ਜਿਹੜਾ ਮਿਰਜ਼ਾ ਤਾਹਿਰ ਤੋਂ ਪਹਿਲੇ ਜਿਸ ਮਿਰਜ਼ਾ ਨਾਸਰ ਸੀ ਇਹ ਉਹਦੀ ਬੇਟਾ ਤੇ ਇਹਦੀ ਬੇਟੀ ਇਹ ਦੋਵੇਂ ਰੰਡੀਆਂ ਨੇ ਤੇ ਉਹ ਨਦਾ ਨਸਰ ਕਹਿ ਰਹੀ ਹੈ ਮਸਰੂਰ ਜਿਸਨੇ ਜੇ ਉਹਦੇ ਨਾਲ ਜ਼ਨਾ ਕੀਤਾ ਜਿਹੜਾ ਇਸ ਵਕਤ ਹਾਜ਼ਰ ਸਰਵਿਸ ਕੁੱਤਾ ਹੈ ਹਾਜ਼ਰ ਸਰਵਿਸ ਕੁੱਤਾ ਜਿਹੜਾ ਮਫਰੂਰ ਹੈ ਪਾਕਿਸਤਾਨ ਤੋਂ ਮਿਰਜ਼ਾ ਮਫਰੂਰ ਜਿਹੜਾ ਹੈ ਉਹ ਪਾਕਿਸਤਾਨ ਤੋਂ ਇਸ ਵਜ੍ਹਾ ਤੋਂ ਮਫਰੂਰ ਹੈ ਕਿ ਉਹ ਬੁੰਡ ਬਣਵਾਉਂਦਾ ਸੀ ਰਬੇ ਦੇ ਅੰਦਰ ਅਤੇ ਬਾਬੇ ਉਹਦੀ ਕਸਮਾਂ ਚੁੱਕ ਚੁੱਕ ਕੇ ਦੱਸਦੇ ਆ ਕਿ ਇਹ ਮਸਰੂਰਾ ਲਾਉਂਡਾ ਸੀ ਲਾਉਂਡਾ ਬੁੰਡ ਮਰਵਾਉਂਦਾ ਸੀ ਤਾਂ ਹੀ ਪਾਕਿਸਤਾਨ ਨਹੀਂ ਜਾ ਸਕਦਾ ਤੇ ਭੈਣ ਚੋਦ ਦਾ ਬੱਚਾ ਕਹਿੰਦਾ ਹੈ ਨਦਾ ਨਸਰ ਕਹਿੰਦੀ ਹੈ ਤੁਸੀਂ ਇਹ ਕਸਰੇ ਖਿਲਾਫਤ ਨਹੀਂ ਬਣਾਈ ਹੋਈ ਇਹ ਕੰਜਰ ਖਾਨਾ ਬਣਾਏ ਆ ਤੇਰੀ ਮਾਂ ਦੇ ਉਹ ਬੱਚੋ ਤੁਸੀਂ ਕੰਜਰਾਂ ਦੀ ਔਲਾਦ ਹੋ ਕਿੱਧਰ ਗਿਆ ਗੇਮ ਚੇਂਜਰ ਉੱਤੇ ਆ ਤੇਰੀ ਮੈਂ ਭੈਣ ਦੇ ਫੁੱਟੇ ਜੀ ਜਿਹੜੇ ਹੈ ਨਾ ਤਹਿਵਾਂ ਦਿਖਾਵਾਂ ਤੈਨੂੰ ਕੰਜਰੀਆਂ ਕਿੰਨੀਆਂ ਤੁਹਾਡੀ ਇਹ ਸਬੂਈ ਜਿਹੜੀ ਹੈ ਇਹ ਅਫਰੀਕਾ ਕੀ ਲੈਣ ਜਾਂਦੀ ਹੈ ਨੰਗੇ ਬੰਦਿਆਂ ਦਾ ਡਾਂਸ ਵੇਖਦੀ ਹੈ ਹਿੰਮਤ ਕਰ ਓ ਗੁੱਜਰ ਸਾਹਿਬ ਤੁਸੀਂ ਹਿੰਮਤ ਕਰੋ ਤੁਸੀਂ ਟਿੰਡ ਕਰਾ ਕੇ ਤੇ ਅੰਦਰ ਹੀ ਵੜ ਜਾਣਾ ਹੈ ਐਡਾ ਵੱਡਾ ਫੁੱਦਾ ਹੈ ਫੁੱਦੀ ਨਾ ਮੇਰਾ ਕੋਈ ਸ਼ੌਕ ਨਹੀਂ ਮੌਤ ਦੇ ਖੂਹ ਚ ਮੋਟਰਸਾਈਕਲ ਚਲਾਉਣ ਦਾ ਕਾਕਾ ਭਾਈ ਆ ਤੇ ਮੋਟਰਸਾਈਕਲ ਉਹ ਵੀ ਹੋਏਗਾ ਜਿੱਦੀ ਬ੍ਰੇਕਾਂ ਵੀ ਨਹੀਂ ਆਉਣਗੀਆਂ ਇਹ ਸਬੂਈ ਦਾ ਸਾਹਿਬ ਭਾਈ ਇਹ ਉਹ ਖੂਹ ਆ ਜਿੰਦਾ ਵਾਪਸ ਦਾ ਰਾਹ ਕੋਈ ਨਹੀਂ ਹਾਂਜੀ ਇਹ ਸਬੂਈ ਦਾ ਖੂਹ ਹੈ ਸਬੂਈ ਦਾ ਖੂਹ ਭੈਣ ਯੱਕੋ ਮਰਜ਼ਈਓ ਆਓ ਤੁਹਾਡੀ ਮੈਂ ਮਾਂ ਦੀ ਤਹਿ ਲਾਵਾਂ ਭੈਣ ਯੱਕੋ ਆਓ ਕੋਈ ਵੀ ਆਓ ਥੋੜਾ ਜਿਹਾ ਖਿਆਲ ਕਰੋ ਪਲੀਜ਼ ਓਕੇ ਜੀ ਚਲੋ ਜੀ ਫੈਮਿਲੀ ਬਰਾਡ ਹੈ ਕੋਈ ਬਸ ਗੱਲ ਨਾ ਕਰੋ ਆ ਫੈਮਿਲੀ ਬਰਾਡ ਹੈ ਫੈਮਿਲੀ ਬਰਾਡ ਹੈ ਯਾਰ ਦੇਖੋ ਮਨੂ ਨਹੀਂ ਪਤਾ ਸਿੱਧਰਾ ਕੌਣ ਹੈ ਠੀਕ ਹੈ ਜੇ ਵਾਕਿਆ ਹੀ ਸਾਡੀ ਭੈਣ ਹੈ ਤੇ ਫਿਰ ਪਲੀਜ਼ ਥੋੜਾ ਜਿਹਾ ਖਿਆਲ ਕਰੋ।
ਭਾਈ ਥੋੜਾ ਸਾ ਖਿਆਲ ਕਰੋ। ਉਹ ਯਾਰ ਉੱਥੇ ਭਾਵਾਂ ਜਿਹੜਾ ਮਰਜ਼ੀ ਆ ਜਾਵੇ, ਸ਼ਾਇਦ ਭਾਈ ਖਿਆਲ ਕਰੀ ਜਾਈਏ ਯਾਰ। ਨਹੀਂ ਫਿਰ ਨਹੀਂ, ਚਲੋ ਇਹੋ ਜਿਹਾ ਕੁਛ ਹੋਏ ਨਾ ਤੇ ਫਿਰ ਗੱਲ ਸੁਣੋ। ਇੱਕ ਫਾਲੋਅਰ ਹੈ, 7 ਫਾਲੋਇੰਗ ਹੈ, ਹੁਣ ਸਾਨੂੰ ਕੀ ਪਤਾ ਇਹ ਚ ਸਿਧਰਾ ਹੀ ਹੈ ਜਾਂ ਬਸ਼ੀਰ ਜਾਂ ਨਜ਼ੀਰਾ ਹੈ ਯਾਰ। ਲੇਕਿਨ ਅਸੀਂ ਮੁਸਲਮਾਨ ਹਾਂ ਤੇ ਸਾਨੂੰ ਖਿਆਲ ਕਰਨਾ ਚਾਹੀਦਾ। ਚਲੋ ਬਿਹਤਰ ਹੋ ਗਿਆ, ਬਿਹਤਰ ਹੋ ਗਿਆ। ਠੀਕ ਹੈ, ਇੱਕ ਸੈਸ਼ਨ ਰੱਖ ਲਓ ਕਿ ਜਦੋਂ ਮੰਜੀ ਇਹਨਾਂ ਦੀ ਠੋਕਣੀ, ਹੁਣ ਆਇਆ ਹੀ ਕੰਜਰੀ ਮਾਂ ਦਾ ਬੱਚਾ ਆਇਆ ਸੀ ਤੇ ਗਾਲਾਂ ਕੱਢ ਕੇ ਗਿਆ ਵੇ, ਤੇ ਫਿਰ ਬੰਦਾ ਸਾਡਾ ਬੰਦਾ ਲੈ ਕੇ ਆਂਦਾ। ਫਿਰ ਮੈਂ ਤੁਹਾਨੂੰ ਕਹਾਂਗਾ ਖਿਆਲ ਕਰੋ, ਫਿਰ ਤੁਸੀਂ ਖਿਆਲ ਕਰਨਾ, ਠੀਕ ਹੈ? ਸਬੂਈ ਦੀ ਆਈਡੀ ਆ ਰਹੀ ਹੈ ਤੁਹਾਡੀ। ਕਾਕਾ ਜੀ ਭਾਈ ਤੈਨੂੰ ਇਸ ਦੱਸਣਾ ਅਸਲ ਮੈਂ ਲੈ ਦੂਜੀ ਆਈਡੀ ਲੈ ਕੇ ਆ, ਕਿਉਂਕਿ ਇਹ ਤੇਰੀ ਵੌਇਸ ਡਬਲ ਹੋ ਰਹੀ ਹੈ, ਡਬਲ ਹੋ ਰਹੀ ਹੈ। ਚਲੋ ਠੀਕ ਹੈ ਜੀ, ਮਿਹਰਬਾਨੀ। ਅੱਛਾ ਦੇਖੋ ਜੀ, ਮੇਰਾ ਗਾਲਾਂ ਕੱਢਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਠੀਕ ਹੈ? ਮੈਂ ਆਉਂਦੇ ਜਿੰਨੀ ਕੱਢਣੀ ਸੀ ਨਾ, ਮੈਂ ਕੱਢ ਲਈਏ। ਇੱਕ ਪੂਰਾ ਗਾਣਾ ਚਲਾਇਆ ਬਗੈਰ ਤਾਂ ਸਾਡਾ ਕੀ ਕਸੂਰ ਹੈ? ਉਹਦੇ ਤੋਂ ਬਾਅਦ ਇੱਕ ਮਰਜ਼ਈ ਆਇਆ ਸੀ ਕਿ ਤੈਨੂੰ ਤਬਲੀਗ ਕਰਨੀ ਨਹੀਂ ਆਉਂਦੀ, ਤੇ ਮੈਂ ਚਲਾ ਫਿਰ ਤੈਨੂੰ ਦੱਸਦਾ ਵਾਂ ਹੈਂ। ਜਾਂ ਤੇ ਹੋਏ ਨਾ, ਜੋ ਮੈਂ ਇੱਕ ਗੱਲ, ਮੈਂ ਗੁੱਸੇ ਨਾਲ ਤੈਨੂੰ ਗਾਲਾਂ ਕੱਢੀਆਂ, ਠੀਕ ਹੈ, ਜੋ ਵੀ ਕੀਤਾ, ਲੇਕਿਨ ਇੱਕ ਅਲਫਾਜ਼ ਦੇ ਉੱਤੇ ਕਾਇਮ ਆ। ਜਿਹੜੀ ਮੈਂ ਗੱਲ ਕੀਤੀ ਹੈ, ਅਬੂ ਦਾਰਸ ਦੀ ਗੱਲ ਕੀਤੀ ਹੈ, ਕੂਹ ਦੀ ਗੱਲ ਕੀਤੀ ਹੈ, ਠੀਕ ਹੈ, ਭੈਣ ਯੱਕਾ ਮਿਰਜ਼ੇ ਨੂੰ ਕੰਜਰ ਬਣਾਉਣ ਦੀ ਸਾਬਤ ਗੱਲ ਕੀਤੀ ਹੈ, ਉਹਦੇ ਤੋਂ ਬਾਅਦ ਮਿਰਜ਼ੇ ਨੂੰ ਜ਼ਨਾ ਦੀ ਤਲਕੀਨ ਕਰਨ ਦੀ ਗੱਲ ਕੀਤੀ ਹੈ। ਮਿਰਜ਼ਾ ਤੁਹਾਨੂੰ ਕਹਿੰਦਾ ਸੀ ਤੁਸੀਂ ਅਬੂ ਦਾਰਸ ਹੋ, ਉਜ਼ਵੇ ਤਨਾਸਲ ਹੋ, ਸੋਰੀ, ਮਿਰਜ਼ਾਣਾ ਨੂੰ ਕਹਿੰਦਾ ਪਿਆ ਅਬੂ ਦਾਰਸ ਹੋ, ਠੀਕ ਹੈ, ਅਤੇ ਤੁਹਾਨੂੰ ਪਿਆ ਕਹਿੰਦਾ ਤੁਸੀਂ ਸਰਕੰਡੇ ਹੋ। ਮੈਂ ਸਾਬਤ ਕਰਸਾਂ, ਹੈ, ਮੈਂ ਸਾਬਤ ਕਰਸਾਂ, ਭਾਵੇਂ ਮੈਂ ਗੁੱਸੇ ਨਾਲ ਗੱਲਾਂ ਕੀਤੀਆਂ, ਲੇਕਿਨ ਗੱਲ ਸੱਚ ਕੀਤੀ ਹੈ। ਕੋਈ ਇਹਦੇ 'ਚ ਗੱਲ ਝੂਠੀ ਹੋਏ, ਭੈਣ ਜੀ ਦੇਖੋ ਮੈਂ ਜ਼ਿੰਮੇਦਾਰ, ਠੀਕ ਹੈ, ਹੁਣ ਗੱਲ ਨਾ ਕੋਈ ਕੱਢੇ ਮੂੰਹ 'ਚੋਂ ਨਿਕਲ ਗਈ ਹੈ। ਹੁਣ ਮਰਜ਼ੀਅਤ ਦਾ ਹੋਏਗਾ ਤਾਂ ਫਿਰ ਗੱਲ ਹੀ ਨਿਕਲਣੀ, ਹੋਰ ਕੀ ਹੋਣੀ ਆ। ਮੋਨਾ ਜੱਟ ਕਿ ਮੋਲਾ ਜੱਟ? ਮਾਨਾ ਜੱਟ। ਅੱਛਾ, ਮਾਨਾ ਜੱਟ, ਉਹ ਪੜ੍ਹਨ ਦਾ ਹੈ ਉਹਨੂੰ ਬੰਦਿਆ ਮੁਸਲਮਾਨ ਮਾਨਾ ਪੱਕਾ ਦੀ ਲੰਮਾ, ਉਹ ਕਾਫਰ ਲੋਕ ਨੇ ਕਮਾ। ਠੀਕ ਹੋ ਗਿਆ ਮਾਨਾ ਜੀ, ਮੈਂ ਕਿਉਂਕਿ ਅਕਸਰ ਆਉਂਦੇ ਨੇ ਨਾ ਤੇ ਇਹੋ ਜਿਹੀਆਂ ਹਰਕਤਾਂ ਨੇ। ਕਾਕੇ ਭਾਈ ਪਤਾ ਕੀ ਕਰ, ਆਪਣੀ ਟਿਕਟੋਕ ਦੀ ਬੰਦ ਕਰਕੇ ਨਾ ਦੁਬਾਰਾ ਆਈਡੀ ਆਨ ਕਰ। ਕਾਕੇ ਭਾਈ ਟਿਕਟੋਕ ਬਿਲਕੁਲ ਜਿਹੜਾ ਨਾ ਆਪਣੀ ਬੰਦ ਕਰਕੇ ਨਾ ਐਪ ਤੇ ਦੁਬਾਰਾ ਖੋਲੋ ਆਪਣੀ ਆਈਡੀ। ਮਾਨਾ ਜੱਟ ਸਾਹਿਬ, ਉਹ ਮਾਨੀ ਜੱਟ ਹੈ, ਉਹ ਮਰਜ਼ੀ ਗਾਲਾਂ ਕੱਢ ਕੇ ਜਾਂਦਾ ਸਾਨੂੰ, ਇਸ ਵਾਸਤੇ ਉਹ ਮੈਂ ਮਾਨਾ ਤੇ ਮਾਨੀ ਥੋੜਾ ਜਿਹਾ ਹੀ ਫਰਕ ਹੈ ਤੁਹਾਡਾ ਵੈਸੇ ਨੈਟ। ਪੱਪੂ ਮਲਕ ਆਇਆ ਇਹਦੇ ਨਾਲ, ਜ਼ਰਾ ਮੇਰੀ ਜਾਨ, ਮੇਰੀ ਜਾਨ, ਇੱਕ ਸੈਕਿੰਡ ਠਹਿਰੀਓ, ਜ਼ਰਾ ਇੱਕ ਸੈਕਿੰਡ ਠਹਿਰੀਓ ਮਾਨਾ ਸਾਹਿਬ, ਇੱਕ ਮਿੰਟ ਰੁਕੀਓ ਜ਼ਰਾ। ਪੱਪੂ ਮਲਕ ਇਹਦੇ ਨਾਲ ਗੱਲ ਕਰਨੀ ਉੱਤੇ ਆ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ। ਮੈਂ ਝੂਠਿਆਂ ਨਾਲ ਤੇ ਮਰਦਈਆਂ ਨਾਲ ਸਲਾਮ ਨਹੀਂ ਲੈਂਦਾ, ਹੁਣ ਤੈਨੂੰ ਸਲਾਮ ਦਾ ਜਵਾਬ ਨਹੀਂ ਦੇਣਾ ਕਰਨਾ ਯਾਰ। ਮੈਂ ਜਿਹੜਾ ਨਾ ਗਾਲੀ ਬਾਦਾਂ ਨੂੰ ਸਲਾਮ ਕਰ ਸਕਦਾ ਤੇ ਤੁਸੀਂ ਝੂਠਿਆਂ ਨਾਲ ਸਲਾਮ ਨਹੀਂ ਕਰ ਸਕਦੇ, ਬੜੇ ਅਫਸੋਸ ਦੀ ਗੱਲ ਹੈ।
ਮੈਂ ਨਾਲ ਮਰਜ਼ਈ ਵੀ ਕਿਹਾ ਵੇ ਨਾ ਮੈਂ ਨਾਲ ਮਰਜ਼ਈ ਨਵਾਜ਼ੀ ਵੀ ਕਿਹਾ ਵੇ ਮੈਂ ਵੀ ਗੱਲ ਹੀ ਪਤਾ ਨਹੀਂ ਅੱਜ ਠਹਿਰੋ ਮੁੱਦੇ ਤੇ ਗੱਲ ਕਰੋ ਯਾਰ ਮੁੱਦੇ ਤੇ ਮੁੱਦਾ ਇਹਨੇ ਮੇਰੀ ਬਰਾੜ ਦੇ ਉੱਤੇ ਕਿਹਾ ਸੀ ਕਿ ਜੋ ਮਰਜ਼ੀ ਹੋ ਜੇ ਮੈਂ ਕਦੀ ਵੀ ਕਿਸੇ ਤੇ ਜਿਹੜਾ ਵੇ ਉਹ ਨਹੀਂ ਕਰਾਂਗਾ ਤੁਹਾਡੇ ਕਾਬਰੀਨ ਤੇ ਕੋਈ ਗੱਲ ਨਹੀਂ ਕਰਾਂਗਾ ਅੱਜ ਸਵੇਰੇ ਫਿਰ ਤੂੰ ਜਿਹੜਾ ਵੇ ਬਗੈਰਤੀ ਕਰ ਗਿਆ ਨਾ ਗਾ ਆਪਣੀ ਗੱਲ ਤੋਂ ਮਨੁੱਕਰ ਗਿਆ ਨਾ ਗੱਲ ਤੋਂ ਮਨੁੱਕਰ ਗਿਆ ਨਾ ਪੱਪੂ ਮਲਿਕ ਯਾਰ ਮੈਂ ਸ਼ਰਮਿੰਦਾ ਵਾਂ ਯਕੀਨ ਮੰਨੋ ਸ਼ਹਿਦ ਸਾਹਿਬ ਅੱਲਾਹ ਜਾਣਦਾ ਹੈ ਬਸ ਥੈਂਕ ਯੂ ਵੈਰੀ ਮਚ ਸ਼ਰਮਿੰਦਾ ਵਾਂ ਮਨੁੱਕਰ ਗਿਆ ਵਾਂ ਹੈਂ ਇਹਦਾ ਮਤਲਬ ਹੈ ਪੱਪੂ ਮਲਿਕ ਤੂੰ ਇੱਕ ਦਗੜ ਦਲਾ ਮੇਰੇ ਮੂੰਹ ਜੋ ਗੱਲ ਨਿਕਲੀ ਮੈਨੂੰ ਬਾਅਦ ਜੇ ਰਿਅਲਾਈਜ਼ ਹੋਇਆ ਮੈਂ ਗਲਤੀ ਕੀਤੀ ਹੈ ਜਸ ਜਸ ਬਾਈ ਦਾ ਮੰਨੋ ਪੱਪੂ ਗੱਲ ਇਹ ਹੁੰਦੀ ਹੈ ਤੈਨੂੰ ਉਹਨੇ ਗਾਲ ਕੱਢੀ ਹੈ ਨਾ ਤੂੰ ਉਹਨੂੰ ਗਾਲ ਕੱਢ ਲੇਕਿਨ ਜਿਹੜੀ ਤੂੰ ਹਰਕਤਾਂ ਕੀਤੀਆਂ ਨੇ ਨਾ ਅੱਜ ਤੋਂ ਬਾਅਦ ਮੈਂ ਤੈਨੂੰ ਕਾਲ ਤੋਂ ਥੱਲੇ ਲਾ ਕੇ ਨਾ ਅਤੇ ਪਰਮਾਨੈਂਟਲੀ ਬਲੌਕ ਕਰਨ ਲੱਗਾ ਕਿਉਂਕਿ ਨਗੱਲੇ ਬੰਦੇ ਦੀ ਮੇਰੀ ਜਗ੍ਹਾ ਮੇਰੀ ਨਾ ਦਿਲ ਦੇ ਵਿੱਚ ਜਗ੍ਹਾ ਵੇ ਅਤੇ ਨਾ ਹੀ ਮੇਰੀ ਬਰਾਡ ਦੇ ਉੱਤੇ ਜਗ੍ਹਾ ਵੇ ਠੀਕ ਹੈ ਬਸ ਇੰਨਾ ਇੰਨੀ ਗੱਲ ਯਾਦ ਰੱਖ ਅਤੇ ਤੁਸੀਂ ਜਾ ਕੇ ਬਵੋ ਉਹਨਾਂ ਭੈਣੀ ਅੱਖਾਂ ਕੋਲ ਜਿਹੜੇ ਕਿ ਕੰਜਰੀ ਮਾਂ ਦੇ ਬੱਚੇ ਮੁਨਾਫਕ ਨੇ ਠੀਕ ਹੈ ਜੇ ਜਹਾਂ ਕਾ ਅਮੀਰ ਵਹਾਂ ਪੇ ਠੀਕ ਜਗ੍ਹਾ ਪੇ ਚਲੇ ਜਾਓ ਸ਼ਾਦ ਭਾਈ ਸ਼ਾਦ ਭਾਈ ਇੱਕ ਮੇਰੇ ਕਹਿਣ ਤੇ ਪੱਪੂ ਮਲਿਕ ਨੂੰ ਜ਼ਰਾ ਕਾਲ ਤੇ ਲੈਣਾ ਮੈਂ ਦੋ ਕੁਐਸਚਨ ਪੁੱਛਣੇ ਆ ਅਗਰ ਮੈਨੂੰ ਤੁਸੀਂ ਇਜਾਜ਼ਤ ਦਿਓ ਮੇਰੇ ਵੱਲੋਂ ਪੱਪੂ ਮਲਿਕ ਜ਼ੀਰੋ ਜੇ ਗੁੱਜਰ ਸਾਹਿਬ ਤੁਹਾਡੇ ਮੂੰਹ ਨੂੰ ਆਖਰੀ ਵਾਰੀ ਉਹਨੂੰ ਬੜੀ ਮਿਹਰਬਾਨੀ ਆਖਰੀ ਦਫਾ ਨਾ ਅਗਰ ਇਹਨਾਂ ਨੂੰ ਤੁਸੀਂ ਕਾਲ ਤੇ ਲਓ ਤੇ ਮੈਂ ਦੋ ਸਵਾਲ ਰੱਖਣੇ ਇਹਨਾਂ ਦੇ ਅੱਗੇ ਠੀਕ ਹੈ ਨਾ ਹਾਂ ਸਾਹਿਬ ਸਲਾਮ ਅਲੈਕੁਮ ਕੈਸੇ ਹੈ ਜਨਾਬ ਖਾਨ ਸਾਹਿਬ ਕੈਸੇ ਹੈ ਜੀ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ ਜੀ ਨਹੀਂ ਆ ਰਿਹਾ ਤੇ ਚਲੋ ਠੀਕ ਹੈ ਵਾਲੇਕੁਮ ਸਲਾਮ ਯਾਰ ਸ਼ਹਿਦ ਭਾਈ ਜੀ ਸਰ ਹੁਕਮ ਕਸਮ ਸੇ ਦੁਖੀ ਕਰ ਦਿੱਤਾ ਸਰ ਜੀ ਇਸ ਟਿਕਟੌਕ ਤੇ ਮੁਨਾਫਕਾਂ ਨੇ ਯਾਰ ਬਿਲਕੁਲ ਹਾਂਜੀ ਦੇਖੋ ਆਪਣਾ ਜਿਹੜਾ ਨਾ ਆਪਣਾ ਆਪਣੀ ਗੱਲ ਇੱਕ ਜੇ ਅਸੀਂ ਕੀ ਕਹਿੰਦੇ ਨੇ ਕੀ ਲਫ਼ਜ਼ ਯੂਜ਼ ਕਰਾਂ ਜਿਸ ਅਸੀਂ ਕਾਸਟ 'ਤੇ ਕੰਮ ਪੇ ਕਰਦੇ ਹਾਂ ਨਾ ਠੀਕ ਹੈ ਉਸੇ ਕਾਸਟ ਦੇ ਉੱਤੇ ਲੱਗੇ ਰਹੋ ਠੀਕ ਹੈ ਅੱਲਾਹ ਦੇ ਉੱਤੇ ਡੋਰੀ ਸੁੱਟ ਛੱਡੋ ਅੱਲਾਹ ਹੀ ਜ਼ਲੀਲ ਕਰੇਗਾ ਇਹਨਾਂ ਲੋਕਾਂ ਨੂੰ ਠੀਕ ਹੈ ਅੱਲਾਹ ਤਾਲਾ ਦੀ ਜ਼ਾਤ ਜ਼ਲੀਲ ਕਰਵਾਉਂਦੀ ਹੈ ਪਈ ਨਜ਼ਰ ਆਉਂਦਾ ਪਿਆ ਵੇ ਠੀਕ ਹੈ ਅਤੇ ਯੂਨੋ ਇਸ ਚੀਜ਼ ਨੂੰ ਬੜਾ ਫਖਰ ਮਹਿਸੂਸ ਕਰਨਾ ਮੈਂ ਪਿਆ ਕਿ ਅੱਲਾਹ ਤਾਲਾ ਦੀ ਜ਼ਾਤ ਮੈਨੂੰ ਦਿਖਾਉਂਦੀ ਹੈ ਪਈ ਕਿ ਕਿੰਜੀ ਜਗ੍ਹਾ ਜਗ੍ਹਾ 'ਤੇ ਇਨਸਾਨ ਜ਼ਲੀਲ ਹੁੰਦਾ ਪਿਆ ਠੀਕ ਹੈ ਜਗ੍ਹਾ ਜਗ੍ਹਾ 'ਤੇ ਜ਼ਲੀਲ ਹੁੰਦਾ ਪਿਆ ਤੁਸੀਂ ਨਜ਼ਰ ਨਹੀਂ ਰੱਖੀ ਦੀ ਤੁਸੀਂ ਖਾਨ ਸਾਹਿਬ ਤੁਸੀਂ ਨਜ਼ਰ ਨਹੀਂ ਰੱਖੀ ਦੀ ਮੇਰੀ ਅਲਹਮਦੁਲਿਲਾ ਚਾਰੇ ਪਾਸੇ ਨਜ਼ਰ ਹੈ ਕਿ ਕਿਹੜਾ ਕੀ ਪਿਆ ਕਰਦਾ ਅਤੇ ਜਿੱਥੇ ਜਿੱਥੇ ਜ਼ਲੀਲ ਹੁੰਦਾ ਨਾ ਪਿਆ ਉਹ ਦੇਖੇ ਸੋਚੇ ਅਤੇ ਸਮਝੇ ਕਿ ਅੱਲਾਹ ਦਾ ਰਸਤਾ ਸਿੱਧਾ ਰਸਤਾ ਹੱਕ ਅਤੇ ਸੱਚ ਦਾ ਰਸਤਾ ਬੜਾ ਪਿਆਰਾ ਜੇ ਤੁਹਾਨੂੰ ਕੀ ਪਤਾ ਕਿ ਮੈਂ ਹੁਣ ਇਹਨਾਂ ਕੰਜਰਾਂ ਤੋਂ ਇਹ ਤਾਂ ਚਾਹੁੰਦੇ ਹੀ ਆ ਇਹਨੇ ਕਿ ਬਰਾਡ ਬੰਦ ਕਰੋ ਅਤੇ ਦਫ਼ਾ ਕਰੋ ਟਿਕਟੌਕ ਨੂੰ ਹੈਂ
ਤੇ ਫਿਰ ਇਹ ਝੂਠੋ ਝੂਠ ਚੁਤਾ ਲਈਏ ਦਾ ਆਪਣਾ ਜਿਹੜਾ ਉਹ ਖੇਡਣ। ਲੇਕਿਨ ਮੈਂ ਅੱਲਾ ਦੇ ਉੱਤੇ ਡੋਰੀ ਸੁੱਟੀ ਦੀ ਹੈ, ਠੀਕ ਹੈ। ਮੇਰੀ ਰੱਬ ਦੀ ਜ਼ਾਤ ਜਿਹੜੀ ਹੈ ਨਾ, ਜੋ ਕਰੇਗੀ ਬਿਹਤਰ ਕਰੇਗੀ। ਜੇ ਅੱਲਾ ਤਾਲਾ ਦੀ ਜ਼ਾਤ ਨੇ ਜ਼ਿਲਤ ਮੇਰੇ ਵਾਸਤੇ ਲਿਖੀ ਹੈ, ਮੈਨੂੰ ਮਿਲੇਗੀ। ਜੇ ਇੱਜ਼ਤ ਲਿਖੀ ਹੈ ਤਾਂ ਇੱਜ਼ਤ ਹੀ ਮਿਲੇਗੀ। ਅਤੇ ਸੋ ਫਾਰ ਸੋ ਗੁੱਡ, ਮੈਂ ਜਿੱਥੇ ਮਰਜ਼ੀ ਚਲਾ ਜਾਵਾਂ, ਲੋਕ ਅੱਲਾ ਦਾ ਕਰਮ ਹੈ ਕਿ ਲੋਕ ਇੱਜ਼ਤ ਕਰਨੇ ਨੇ, ਅਤੇ ਮੇਰੀ ਇੱਜ਼ਤ ਨਹੀਂ ਕਰਨੇ, ਠੀਕ ਹੈ। ਜਦੋਂ ਉਹ ਲਫ਼ਜ਼ ਕਹਿੰਦੇ ਨੇ ਨਾ, ਹਾਂ ਸਾਹਿਬ, ਮੈਂ ਤੁਹਾਨੂੰ ਯਕੀਨ ਮੰਨੋ ਕਿ ਇੱਕ ਗੱਲ ਦੱਸਾਂ ਕਿ ਇੱਕ ਦੋ ਬਰਾਡ ਦੇ ਉੱਤੇ ਗਿਆ ਵਾਂ, ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਹਾਂ। ਮੇਰੀ ਆਈ ਡੀ ਥੱਲੇ ਗਈ ਹੈ, ਨਾ ਮੈਂ ਕਾਲ ਪਾਈ ਹੈ, ਨਾ ਕੁਛ ਕੀਤਾ ਵੀ। ਉਹਨਾਂ ਮੈਨੂੰ ਚੁੱਕ ਕੇ ਕਿਹਾ ਅਸਲਾਮ ਵਾਲੇਕਮ ਸ਼ਾਹਿਦ ਸਾਹਿਬ, ਅਤੇ ਮੈਂ ਕਿਹਾ ਯਾਰ ਤੁਸੀਂ ਮੈਨੂੰ ਕਿਉਂ ਜਾਣਦੇ ਹੋ, ਕਿੰਝ ਜਾਣਦੇ ਹੋ? ਮੈਂ ਇਹਦੇ ਤੋਂ ਪਹਿਲੀ ਵਾਰੀ ਇਸ ਲਾਈਫ 'ਤੇ ਗਲਤੀ ਨਾਲ ਆ ਗਿਆ। ਅਤੇ ਕਹਿੰਦੇ ਸ਼ਾਹਿਦ ਸਾਹਿਬ, ਤੁਸੀਂ ਜਿਹੜਾ ਖਤਮੇ ਨਬੂਤ 'ਤੇ ਕੰਮ ਕਰਦੇ ਹੋ, ਆਕਾ ਦੀ ਨਮੂਸਤ 'ਤੇ ਕੰਮ ਕਰਦੇ, ਅਸੀਂ ਸਿਰਫ ਚੁੱਕੇ ਤੁਹਾਨੂੰ ਇਹ ਵੀ ਕਿ ਤੁਹਾਡਾ ਸ਼ੁਕਰੀਆ ਅਦਾ ਕਰੀਏ। ਯੂ ਨੋ ਦਿਸ ਇਜ਼ ਪ੍ਰਾਊਡ ਮੀ ਆਫ, ਇਹ ਚੀਜ਼ਾਂ ਮੇਰੇ ਵਾਸਤੇ ਬੜੇ ਪ੍ਰਾਊਡ ਦੀਆਂ ਗੱਲਾਂ ਨੇ ਕਿ ਚਲੋ ਚੰਦ ਲੋਕੀ ਨੇ ਕਿ ਜਿਹੜੇ ਇਸ ਚੀਜ਼ ਦਾ ਮੈਨੂੰ ਟਿਕਟੋਕ ਦੇ ਉੱਤੇ ਲੋਕ ਜਾਣਦੇ ਨੇ ਕਿ ਮੈਨੂੰ ਮੂਸੇ ਰਸਾਲਾ 'ਤੇ ਪਹਿਰਾ ਦੇਣਾ ਪਿਆ, ਠੀਕ ਹੈ। ਮੈਂ ਕਿਸੇ ਦੀ ਲਾਈਫ ਦੇ ਉੱਤੇ ਜਾ ਕੇ ਤਾਂ ਮੈਂ ਆਪਣਾ ਰੋਣਾ ਨਹੀਂ ਰੋਇਆ ਕਿ ਫਲਾਣਾ ਇੰਜੇ ਅਤੇ ਧਮਕਾਉਣਾ ਇੰਜੇ। ਤਾਰੀਫ ਉਹ ਜਿਹੜੀ ਦੁਨੀਆ ਕਰੇ, ਤੁਸੀਂ ਆਪਣੇ ਕਾਸਟ 'ਤੇ ਲੱਗੋ ਅਤੇ ਅਸੀਂ ਲੱਗੇ ਰਹੇ ਹਾਂ। ਸ਼ਾਹਿਦ ਭਾਈ ਇਹ ਆਇਆ ਪੱਪੂ ਮਲਕ, ਮੈਂ ਇਹਨਾਂ ਦੋ ਸਵਾਲ ਕਰਨੇ, ਅਗਰ ਕਾਲ 'ਤੇ ਨਹੀਂ ਚੁੱਕੋ। ਤੂੰ ਮੋਡੀਨੇਟਰ ਨਹੀਂ ਹੈ? ਮੈਂ ਦੂਜੀ ਆਈ ਡੀ ਤੋਂ ਬੈਠਾ ਸ਼ਾਹਿਦ ਭਾਈ। ਇੱਥੇ ਕਿਉਂ ਨਹੀਂ ਹੈ ਫਿਰ? ਕਾਲ ਚੁੱਕੋ ਪੱਪੂ ਦੀ, ਹੋਸਟਲੋਂ ਲਿਖਣਾ ਭੁੱਲ ਗਿਆ, ਸੋਰੀ ਖਾਨ ਭਾਈ, ਮੈਂ ਤੁਹਾਡੀ ਗੱਲ ਕੱਟ ਰਿਹਾ। ਨਾ ਨਾ ਨਹੀਂ ਵਾਰੀ ਹੈ ਯਾਰ ਵੀਰ, ਖਾਨ ਨੂੰ ਹੀ ਕੱਟ ਦੋ, ਕੋਈ ਫਰਕ ਨਹੀਂ ਪੈਂਦਾ। ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹ ਇਲਾਹ ਮੁਹੰਮਦ ਰਸੂਲੁੱਲਾਹ। ਖਾਨ ਭਾਈ ਤੁਸੀਂ ਦੱਸੋ ਕੀ ਸਾਥੀਆਂ ਤੁਸੀਂ ਜਿਹੜੀ ਦੇਖੀ ਹੈ, ਜਿਹੜਾ ਤੁਸੀਂ ਦੱਸਣਾ ਯਾਰ ਕੀ 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 ਮੈਂ ਦੱਸਾਂ ਯਾਰ ਵੀਰ, ਕੀ ਮੈਂ ਦੱਸਾਂ। ਇੱਕ ਪੂਰਾ ਮੈਨੂੰ ਇੱਕ ਫਰੇਮ ਨਜ਼ਰ ਆ ਰਿਹਾ ਹੈ ਬਣਿਆ ਬਣਾਇਆ, ਉਹੀ ਚਿਹਰੇ, ਉਹੀ ਗੱਲਾਂ, ਉਹੀ ਲੋਕ, ਉਹੀ ਰੋਜ਼ ਰੋਜ਼ ਦੀ ਕਿਚ ਕਿਚ ਪਈ ਰਹਿੰਦੀ ਹੈ, ਬੈਠੇ ਰਹਿੰਦੇ ਨੇ, ਔਰ ਕੁਰਾਨ ਔਰ ਹਦੀਸ 'ਤੇ ਹੀ ਰਗੜੇ। ਯਾਰ ਅੱਲਾ ਦਾ ਨਾਂ ਜੇ ਕੋਈ ਖੁਦਾ ਦਾ ਖੌਫ ਕਰ ਜਾਓ, ਕਿੰਨੀ ਵਾਰ ਸਮਝਾਓਗੇ ਇੱਕ ਇਨਸਾਨ ਨੂੰ ਤੁਸੀਂ ਕੋਲ ਬਾਲ ਕੇ, ਕਿੰਨੀ ਵਾਰ ਸਮਝਾਓਗੇ? ਇਨਸਾਨ ਦਾ ਬੱਚਾ ਹੋਏ ਨਾ ਭਾਈ ਜਾਨ, ਜਿਹਨੇ ਸਮਝਣਾ ਹੋਏ, ਜਿਹਨੇ ਸਿੱਖਣਾ ਹੋਏ ਨਾ, ਉਹ ਇੱਕ ਦੋ ਜਾਂ ਤਿੰਨ, ਇਸਲਾਮ ਦੀ ਸ਼ਰਤ ਹੈ ਤਿੰਨ ਵਾਰੀ, ਉਹ ਤਿੰਨਾਂ ਵਾਰੀਆਂ 'ਚ ਸਮਝ ਜਾਂਦਾ ਬੰਦਾ। ਅਗਰ ਨਹੀਂ ਸਮਝੇ ਤਾਂ ਫਿਰ ਉਹਨੂੰ ਛੱਡ ਦਿਉ। ਲੇਕਿਨ ਉਹ ਹੀ ਗੱਲ ਹੈ, ਮੈਂ ਇੱਥੇ ਦੇਖ ਰਿਹਾ ਭਾਈ ਕਿ ਲੋਕ ਜਿਹੜੇ ਨਾ ਸਾਡੇ ਕੋਲ ਆਉਂਦੇ ਨੇ, ਨਾਰੇ ਮਾਰਦੇ ਨੇ, ਉਹ ਜੀ ਗੁਸਤਾਖਾਨ ਲਈ ਬੈਠੋ, ਉਹ ਜੀ ਇਹਨਾਂ ਨਾਲ ਕੁਰਾਨ ਹਦੀਸਾਂ 'ਤੇ ਗੱਲ ਨਹੀਂ ਕਰੋ ਜੀ, ਹੋਰ ਜੀ ਇਹਨਾਂ ਕਾਦੀਆਨੀਆਂ ਨੂੰ ਮੂੰਹ ਨਹੀਂ ਲਾਓ ਜੀ, ਗੁਸਤਾਖ ਨੇ, ਸ਼ਾਤਮ ਨੇ, ਫਲਾਣ ਹੈ, ਟਮਕਾਣ ਹੈ, ਔਰ ਉਹਨਾਂ ਨਾਲ ਹੀ ਫਿਰ ਆਪੇ ਦੇਖਦੇ ਹਾਂ ਅਤੇ ਦੂਜੀਆਂ ਬਰਾਡਾਂ 'ਤੇ ਉਹਨਾਂ ਨਾਲ ਹੀ ਬਹਿ ਕੇ, ਉਹਨਾਂ ਨਾਲ ਹੀ ਕੁਰਾਨ ਅਤੇ ਹਦੀਸਾਂ 'ਤੇ ਉਹਨਾਂ ਨਾਲ ਹੀ ਗੱਲਾਂ ਕਰ ਰਹੇ ਹੁੰਦੇ ਨੇ। ਯਾਰ ਕੀ ਮਿਆਰ ਹੈ ਯਾਰ ਇਸਲਾਮ ਦਾ, ਕੀ ਮਿਆਰ ਇਹਨਾਂ ਰੱਖਿਆ ਹੈ? ਅੱਲਾ ਮਾਫ ਕਰੇ ਯਾਰ ਮੈਨੂੰ। ਹਾਂ ਸਾਹਿਬ ਜੀ, ਰੂਲੀ ਕਰ ਲਾਂ ਫਿਰ ਤੁਹਾਡੇ ਨਾਲ ਗੱਲ ਕਰਨਾ, ਠੀਕ ਹੈ। ਨਹੀਂ ਮੈਂ ਤਾਂ ਇੱਕ ਨਵਾਂ ਦਾਵਾ ਕਰਨ ਲੱਗਾ ਯਾਰ ਗੁੱਜਰ। ਹਾਂਜੀ ਖਾਨ ਭਾਈ, ਮੈਂ ਨਵਾਂ ਦਾਵਾ ਕਰਨ ਲੱਗਾ ਭਾਈ ਜੀ,
ਕਿ ਮੈਂ ਦਿੱਲੀ ਬਰੂਜ਼ੀ ਮਿਰਜ਼ਾ ਗੁਲਾਮ ਕਾਦੀਆਨੀ ਜੀ ਅੱਲਾਹ ਪਾਕ ਬਚਾਏ ਨਾ ਭਾਈ ਆਏ ਮੇਰਾ ਨਹੀਂ ਭਾਈ ਜੀ ਇਹਨਾਂ ਕਾਦੀਆਨੀ ਨੂੰ ਕਹਾਂਗਾ ਮੰਨੋ ਮੈਨੂੰ ਮੇਰੇ ਪਿੱਛੇ ਲੱਗੋ ਅੱਛਾ ਬੰਦ ਨਾ ਕਰੋ ਪਲੀਜ਼ ਇਹ ਉਹ ਯਾਰ ਨਹੀਂ ਗੱਲ ਸੁਣੋ ਮੇਰੀ ਅੱਲਾਹ ਕੋਲ ਮਾਫੀ ਮੰਗੋ ਯਾਰ ਅੱਲਾਹ ਪਾਕ ਮਾਫ ਕਰਨ ਵਾਲਾ ਸੁਣੋ ਮੇਰੀ ਗੱਲ ਮੈਂ ਅਗਰ ਦਿੱਲੀ ਬਰੂਜ਼ੀ ਮਿਰਜ਼ਾ ਹੋਣ ਦਾ ਦਾਵਾ ਕਰਦਾ ਨਾ ਉਹ ਚੱਲ ਜਾਂਦਾ ਹੈ ਪੁੱਛੋ ਕਿਉਂ ਉਹ ਵੀ ਗੁਨਾਹਗਾਰ ਇੱਕ ਗੁਨਾਹਗਾਰ ਤੇ ਲਾਂਤੀ ਇਨਸਾਨ ਸੀ ਮੈਂ ਵੀ ਗੁਨਾਹਗਾਰ ਤੇ ਲਾਂਤੀ ਇਨਸਾਨ ਹਾਂ ਹਾਂ ਸਾਹਿਬ ਤੁਹਾਡੇ ਗੁਨਾਹਗਾਰ ਪਲੀਜ਼ ਯਾਰ ਇਸ ਮੇਰੇ ਹਾਲ ਨਾਲ ਹੋਰ ਤਰੀਕੇ ਦਾ ਸੀ ਇਹ ਸਾਹਿਬ ਨਾਲ ਸੇ ਦੈਟ ਉਹਦੇ ਨਾਲ ਨਿਸਬਤ ਦੇਣਾ ਵੀ ਹਾਂ ਸਾਹਿਬ ਪਲੀਜ਼ ਮੇਰਾ ਮੀਟਰ ਖੋ ਜਾਣਾ ਜੇ ਉਹ ਗਸ਼ਤੀ ਦੇ ਬੱਚਾ ਉਹ ਬੜਾ ਹਰਾਮੀ ਭਾਈ ਗੱਲ ਸੁਣ ਲਓ ਨਾ ਉਸ ਕੁੱਤੀ ਦੇ ਪੁੱਤਰ ਨੇ ਆਪਣੇ ਆਪ ਨੂੰ ਨਾਉਜ਼ ਬਿੱਲਾ ਅਸਤਗਫਰੁੱਲਾ ਅਸਤਗਫਰੁੱਲਾ ਇਤਨੀ ਬੜੀ ਹਸਤੀ ਦੇ ਨਾਲ ਆਪਣੇ ਨੂੰ ਮਮਾਸਲਤ ਦਿੱਤੀ ਉਹ ਯਾਰ ਇਹਨਾਂ ਬਗੈਰਤ ਦੇ ਬੱਚਿਆਂ ਨੂੰ ਫਿਰ ਵੀ ਸ਼ਰਮ ਨਹੀਂ ਆਈ ਕਿ ਯਾਰ ਕਿ ਇਹ ਭੈਣ ਚੋ ਜਿਸ ਬੰਦੇ ਨੂੰ ਪੈਰਾਂ ਜੁੱਤੀ ਪਾਉਣ ਦਾ ਸਲੀਕਾ ਨਹੀਂ ਹੈਗਾ ਜਿਹਨੂੰ ਮੂਤਰ ਪਿਸ਼ਾਬ ਹੀ ਨਹੀਂ ਜਿੱਦਾਂ ਰੁਕਦਾ ਹੈ ਜਿਸ ਬੰਦੇ ਨੂੰ ਗੱਲ ਕਰਨ ਦਾ ਤਰੀਕਾ ਨਹੀਂ ਜਿਹੜਾ ਬੰਦਾ ਸ਼ਰਾਬ ਦੇ ਨਸ਼ੇ ਫੀਨ ਦੇ ਨਸ਼ੇ 'ਚ ਰਹਿੰਦਾ ਹੈ ਤੇ ਤੁਸੀਂ ਉਹਨੂੰ ਮੂਤਰ ਟੱਟੀ ਸ਼ਲਵਾਰ ਨੂੰ ਮੰਨ ਕੇ ਬੈਠੇ ਹੋ ਵਗੈਰਾ ਦੇ ਬੱਚੇ ਉਹਦੇ ਕੋਲੋਂ ਤਾਂ ਲੱਗਦਾ ਜੇ ਮੈਂ ਚੰਗਾ ਹਾਂ ਸਾਹਿਬ ਛੱਡੋ ਪਰਾਂ ਤੁਸੀਂ ਤੋਬਾ ਕਰੋ ਤੁਹਾਡੇ ਅਲਫਾਜ਼ ਜਿਹੜੇ ਨੇ ਯਾਰ ਦੁੱਖ ਹੁੰਦਾ ਹੈ ਸ਼ਾਇਦ ਭਾਈ ਦੁੱਖ ਹੁੰਦਾ ਹੈ ਕੋਈ ਗਲੀਜ਼ ਟੱਟੀ ਵਾਲਾ ਬੰਦਾ ਉਹਦੇ ਉੱਤੇ ਹਾਂ ਸਾਹਿਬ ਇਹ ਹਾਂ ਸਾਹਿਬ ਦੇਖੇ ਮੁਝੇ ਹਾਂ ਸਾਹਿਬ ਤੁਸੀਂ ਤੋਬਾ ਕਰੋ ਤੇ ਇਸ ਟੌਪਿਕ ਨੂੰ ਚੇਂਜ ਕਰਕੇ ਨਾ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਠੀਕ ਹੈ ਤੋਬਾ ਕਰੋ ਪਹਿਲੇ ਅੱਲਾਹ ਗੱਲ ਇਹ ਹੁੰਦੀ ਕਿ ਦੇਖੋ ਕੋਈ ਮਰਜ਼ਈ ਮੁਸਲਮਾਨ ਹੋਏਗਾ ਤੇ ਮੈਨੂੰ ਕੀ ਮਿਲੇਗਾ ਠੀਕ ਹੈ ਮੈਂ ਤੇ ਸਿਰਫ ਆਪਣੀ ਹੁਜਤ ਪੂਰੀ ਕਰਨਾ ਪਿਆਵਾਂ ਕਿ ਇੱਥੇ ਜਿਹੜੇ ਜਿਹੜੇ ਸੁਣਦੇ ਨੇ ਮਰਜ਼ਈ ਸੁਣਦੇ ਨੇ ਠੀਕ ਹੈ ਮੈਨੂੰ ਪਹਿਲੇ ਨਹੀਂ ਸੀ ਪਤਾ ਲੇਕਿਨ ਬਾਅਦ ਵਿੱਚ ਜਦੋਂ ਆਹਿਸਤਾ ਆਹਿਸਤਾ ਅੱਲਾਹ ਤਾਲਾ ਦੀ ਜ਼ਾਤ ਨੇ ਮੇਰੀ ਨੀਅਤ ਦੇਖੀ ਅਤੇ ਅਵੇਅਰਨੈਸ ਦਿੱਤੀ ਇਸ ਚੀਜ਼ ਦੇ ਬਾਰੇ 'ਚ ਠੀਕ ਹੈ ਸਿਰਫ ਤੇ ਸਿਰਫ ਇਹਨਾਂ ਨੂੰ ਕਿਤਾਬਾਂ ਦੱਸ ਛੱਡੋ ਨਾ ਅੱਲਾਹ ਦੀ ਕਸਮ ਹਾਂ ਸਾਹਿਬ ਅੱਲਾਹ ਦੀ ਕਸਮ ਚੁੱਕ ਕੇ ਕਹਿੰਦਾ ਕੋਈ ਮਰਜ਼ਈ ਮੁਸਲਮਾਨ ਹੋਏਗਾ ਨਾ ਅਜਰ ਮੈਨੂੰ ਰੱਬ ਦੀ ਜ਼ਾਤ ਨੇ ਦੇਣਾ ਨਾ ਉਹਨੇ ਕੋਈ ਪੈਸਾ ਦੇਣਾ ਅਤੇ ਨਾ ਟਿਕਟੋਕ ਤੋਂ ਕੋਈ ਮੈਂ ਰਵਾਦਾਰ ਹਾਂ ਠੀਕ ਹੈ ਮੈਂ ਸਿਰਫ ਇੱਥੇ ਬੈਠਾ ਨਮੂਸੇ ਰਸਾਲਤ 'ਤੇ ਇਸ ਕਾਜ਼ ਨੂੰ ਖਤਮ ਕਰਨ ਵਾਸਤੇ ਇਸ ਕਾਜ਼ ਨੂੰ ਡੈਮੇਜ ਕਰਨ ਵਾਸਤੇ ਤੁਹਾਨੂੰ ਮੈਂ ਇੱਥੇ ਥੱਲੇ ਉਤਾਰ ਦੇਣਾ ਠੀਕ ਹੈ ਅਤੇ ਤੁਸੀਂ ਜਨਾਬ ਗੁੱਸੇ 'ਚ ਜਾ ਕੇ ਅਤੇ ਮੇਰੇ ਖਿਲਾਫ਼ ਬਰਾਡ ਚਲਾ ਦਿੰਦੇ ਹੋ ਸ਼ਾਹਿਦ 'ਤੇ ਐਨ ਜੇ ਅਤੇ ਸ਼ਾਹਿਦ 'ਤੇ ਓਨ ਜੇ ਮੈਂ ਇਸ ਚੀਜ਼ ਨੂੰ ਪਤਾ ਕੀ ਸਮਝਣਾ ਕਿ ਥੈਂਕ ਯੂ ਵੈਰੀ ਮੱਚ ਹਾਂ ਸਾਹਿਬ ਤੁਸੀਂ ਮੁਹੱਦ ਦੀ ਮੇਰੀ ਪਬਲਿਸਿਟੀ ਪੇ ਕਰਦੇ ਹੋ ਠੀਕ ਹੈ ਇਹਨਾਂ ਚੀਜ਼ਾਂ ਤੋਂ ਮੈਂ ਹੁਣ ਦਾ ਨਹੀਂ ਮੈਂ ਪੂਰੇ 2.5-3 ਸਾਲ ਹੋ ਗਏ ਇਹਨਾਂ ਚੀਜ਼ਾਂ ਨੂੰ ਫੇਸ ਪਿਆ ਕਰਨਾ ਲੇਕਿਨ ਮੈਂ ਜੋ ਕੰਮ ਕਰਨਾ ਨੇਕ ਨੀਤੀ ਨਾਲ ਕਰਨਾ ਇਹ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈ ਇੱਥੇ ਲੋਕ ਭੈਣ ਚੋਂ ਆਪਣੀ ਕਮੀਜ਼ ਤੋਂ ਢਿੱਡ ਚੁੱਕ ਕੇ ਵੀ ਪੈਸਾ ਕਮਾ ਲੈਂਦੇ ਨੇ ਅਤੇ ਦੇਖੇ ਨੇ ਮੈਂ ਲੋਕ ਹੁਣ ਐਸੀਆਂ ਬਰਾਡਾਂ ਚੱਲਦੀਆਂ ਜਨਾਬ ਐਡੀ ਸੋਹਣੀ ਬੱਚੀ ਤੇ ਦੁਪੱਟੇ ਲੱਥੇ ਨੇ ਸਿਰਫ ਤੇ ਆਪਣੇ ਫਰੰਟ ਵਹਾ ਕੇ ਤੇ ਪੈਸੇ ਕਮਾਉਂਦੀਆਂ ਨੇ ਪਈਆਂ ਠੀਕ ਹੈ ਜਦੋਂ ਮੈਂ ਸ਼ੁਰੂ ਕੀਤਾ ਸੀ ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਤੁਹਾਡੀ ਸੋਚ ਨਹੀਂ ਹੈ ਕਿ ਰੱਬ ਤਾਲਾ ਦੀ ਜ਼ਾਤ ਨੇ ਮੈਨੂੰ ਜਿੰਨੀ ਇੱਜ਼ਤ ਨਾਲ ਨਵਾਜ਼ਿਆ ਸੀ ਠੀਕ ਹੈ ਜਿਹੜੇ ਜਿਹੜੇ ਵੱਡੇ ਟਿਕਟੋਕਰ ਜਿਹੜੇ ਮੈਚ ਲਾਉਂਦੇ ਨੇ ਇਹਨਾਂ ਨੇ ਮੈਨੂੰ ਆਫਰਾਂ ਕੀਤੀਆਂ ਸੀ ਅਤੇ ਮੈਂ ਉਹ ਤੋਬਾ ਕੀਤੀ ਸੀ ਕਿ ਜਾਓ ਯਾਰਾ ਖੁਦਾ ਦਾ ਨਾਂ ਲਓ ਜਾ ਕੇ ਸ਼ਾਹਿਦ ਦੇ ਕੋਲ ਐਡੀ ਗੈਰਤ ਹੈ ਵੀ ਅਜੇ ਤੱਕ ਕਿ ਮੂੰਹ ਕਾਲਾ ਕਰਕੇ ਅਤੇ ਮੈਂ ਗਿਫਟਿੰਗ ਮੰਗਾਂ ਕਿਸੇ ਕੋਲੋਂ ਨਾਊਜ਼ ਬਿੱਲਾ ਠੀਕ ਹੈ ਇਹ ਮੇਰੇ 'ਚ ਇਹ ਇੰਨੀ ਬਗੈਰਤੀ ਨਹੀਂ ਮੈਂ ਕਰ ਸਕਦਾ ਮੈਂ ਡਿਜੀਟਲ ਫਕੀਰ
ਕਦੀ ਵੀ ਨਹੀਂ ਬਣਦਾ। ਅਸੀਂ ਅਲਹਮਦੁਲਿਲਾ ਆਪਣਾ ਕਮਾ ਕੇ ਜਿਹੜਾ ਸਾਡਾ ਫਰੀ ਟਾਈਮ ਹੁੰਦਾ ਵੇ ਇਹੋ ਹੀ ਟਾਈਮ ਅਸੀਂ ਇਹਦੇ 'ਤੇ ਦਿੰਦੇ ਹਾਂ ਪੇ, ਠੀਕ ਹੈ। ਅਤੇ ਇਸ ਕੰਮ ਦੇ ਵਿੱਚ ਬੜਾ ਹੀ ਮਜ਼ਾ, ਜੇ ਨੀਅਤ ਸਾਫ਼ ਹੋਏ ਨਾ, ਨੀਅਤ ਪਰ ਮੁਰਾਦ, ਅਤੇ ਮੈਨੂੰ ਮੁਰਾਦ ਮਿਲਦੀ ਹੈ ਪਈ। ਅੱਲਾਹ ਤਾਲਾ ਦੀ ਜ਼ਾਤ ਨੇ, ਬਹੁਤ ਸ਼ੁਕਰ ਹੈ ਉਹਦੀ ਜ਼ਾਤ ਦਾ। ਅਤੇ ਮੇਰੀ ਨਜ਼ਰ 'ਚ ਇਹ ਛੋਟੇ ਮੋਟੇ ਲੋਕਾਂ ਦੀਆਂ ਗੱਲਾਂ ਨਾਲ ਮੇਰੀ ਜ਼ਾਤ 'ਤੇ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਜਿੱਥੇ ਵੀ ਤੁਸੀਂ ਮੇਰੇ ਖਿਲਾਫ਼ ਜਾ ਕੇ ਭੌਂਕਦੇ ਹੋ ਪੇ, ਅਗਲੇ ਤੁਹਾਨੂੰ ਨਹੀਂ ਉਤਾਰਦੇ ਥੱਲੇ। ਪਤਾ ਇੱਕ ਬੰਦਾ ਮੈਂ ਕਿਸੇ ਦੀ ਬਰਾਡ 'ਤੇ ਚੜ੍ਹ ਜਾਂਦਾ, ਠੀਕ ਹੈ, ਅਤੇ ਮੇਰੇ ਖਿਲਾਫ਼ ਭੌਂਕੀ ਜਾਂਦਾ ਪਿਆ, ਅਤੇ ਅਗਲਾ ਬੰਦਾ ਕਹੀ ਜਾਂਦਾ ਪਿਆ ਵੇ ਕਿ ਯਾਰ ਪਲੀਜ਼ ਤੁਸੀਂ ਆਪਣੀ ਬਰਾਡ 'ਤੇ ਕਰੋ, ਇਹ ਕੋਂਟਰੋਵਰਸੀ ਮੇਰੀ 'ਤੇ ਨਾ ਕਰੋ। ਉਹਨੂੰ ਥੱਲੇ ਨਹੀਂ ਨਾ ਉਤਾਰਿਆ ਜਾਂਦਾ, ਕਿਉਂ ਨਹੀਂ ਉਤਾਰਿਆ ਜਾਂਦਾ? ਕਿਉਂਕਿ ਉਹਨੂੰ ਪਤਾ ਹੋਵੇ ਕਿ ਜੇ ਮੈਂ ਥੱਲੇ ਉਤਾਰਿਆ ਨਾ, ਇਹਦੀ ਔਕਾਤ ਹੈ ਵੇ ਕਿ ਇਹਨੇ ਗੁੱਸੇ 'ਚ ਜਾ ਕੇ ਮੇਰੇ ਖਿਲਾਫ਼ ਬਰਾਡ ਚਲਾ ਦੇਣੀ ਹੈ। ਲੋਕ ਇੱਜ਼ਤ ਬਚਾਉਣ ਵਾਸਤੇ ਉਹਦੀ ਸਿਰਫ਼ ਸੁਣ ਲੈਂਦੇ ਨੇ, ਚਾਹੇ ਇੱਕ ਬਰਾਡ 'ਤੇ ਟੁਰ ਗਿਆ, ਠੀਕ ਹੈ, ਉੱਥੇ ਮੈਂ ਪਿਆ ਕਹਿੰਦਾ ਮੈਨੂੰ ਸੌਣ ਦਿਓ, 3 ਘੰਟੇ ਉਹਨਾਂ ਮੈਨੂੰ ਬਿਠਾਈ ਰੱਖਿਆ, ਠੀਕ ਹੈ, ਅਤੇ ਮੈਂ ਜਾਣ ਜਾਣ ਕਰਨਾ ਪਿਆ, ਤਾਂ ਉਹ ਕਹਿੰਦੇ ਨਹੀਂ ਸ਼ਾਇਦ ਬਾਈ ਨਹੀਂ, ਆਪਣੇ ਨਹੀਂ ਜਾਣਾ, ਆਪਣੇ ਨਹੀਂ ਜਾਣਾ, ਅਤੇ ਉਸੇ ਬਰਾਡ ਦੇ ਉੱਤੇ ਅਗਲੇ ਮੱਤ ਜੋੜ ਕੇ ਕਹਿੰਦੇ ਨੇ ਕਿ ਦਫ਼ਾ ਹੋਵੋ ਆਪਣੀ ਲਾਈਵਾਂ 'ਤੇ ਜਾਓ। ਆਹ ਸਭ ਸੋਚਣੇ ਵਾਲੀ ਬਾਤ ਹੈ, ਅਗਰ ਕੋਈ ਗੈਰਤਮੰਦ ਬੰਦਾ ਹੋ ਨਾ, ਇਨਸਾਨ ਕਾ ਬੱਚਾ ਹੋ, ਉਸਕੇ ਲਈ ਇਹ ਸੋਚਣੇ ਵਾਲੀ ਬਾਤ ਹੈ। ਸ਼ਾਇਦ ਬਾਈ ਮੈਨੂੰ ਅੱਲਾਹ ਦਾ ਸ਼ੁਕਰ ਹੈ, ਮੈਂ ਜਿਹਦੇ ਘਰ ਬੈਠਾ ਦਾ ਵਾਂ, ਉਹ ਅਗਲਾ ਕਹਿੰਦਾ ਪਿਆ ਕਿ ਚੱਲ ਜਾ ਵੀ ਯਾਰਾ, ਜਾ ਵੀ ਯਾਰਾ, ਹੈਂ, ਅਤੇ ਤੁਸੀਂ ਉੱਥੇ ਢੀਠਾਰ ਬੈਠੇ, ਤੋਂ ਇਸ ਮੀਨ ਕਿ ਤੁਹਾਡੀ ਆਪਣੀ ਇੱਜ਼ਤ ਹੀ ਕੋਈ ਨਹੀਂ ਹੈ, ਠੀਕ ਹੈ, ਤੁਹਾਡੀ ਐਡੀ ਇੱਜ਼ਤ ਹੀ ਕੋਈ ਨਹੀਂ ਹੈ। ਲਓ ਜੀ ਸਾਹਿਬ, ਐਵੇਂ ਜੇ ਵੀ ਖੰਜ਼ੀਰ ਨੇ ਜਿਹੜੇ ਗਸ਼ਤੀ ਮਾਂ, ਓਏ ਇੱਕ ਮਿੰਟ ਇੱਕ ਮਿੰਟ, ਐਵੇਂ ਜੇ ਵੀ ਖੰਜ਼ੀਰ ਨੇ ਜਿਹੜੇ ਗਸ਼ਤੀ ਮਾਂ ਦੇ ਬੱਚੇ ਇਸ ਵਾਸਤੇ ਅਕਾਬਰੀਨ ਦੀ ਤੋਹੀਨ ਕਰਾਉਂਦੇ ਨੇ ਕਿ ਕੱਲ ਸਾਡੀ ਤਸਵੀਰ ਨਾ ਟੰਗ ਦੇਣ, ਉਹ ਖੰਜ਼ੀਰਨੀ ਦੇ ਉਹ ਬੱਚਿਓ, ਤੁਹਾਡੀ ਕੀ ਔਕਾਤ ਹੈ ਕਿ ਤੁਸੀਂ ਜਿਸ ਤਰ੍ਹਾਂ ਅੱਜ ਪੱਪੂ ਸਵੇਰੇ ਆਪਣੀ ਭੈਣ ਦਾ ਫੁੱਦਾ ਉੱਥੇ ਪੇਸ਼ ਕਰਕੇ ਆਇਆ, ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਨੂੰ ਅਤੇ ਦੂਜੇ ਅਕਾਬਰੀਨ ਨੂੰ ਗਾਲਾ ਕਢਾ ਕੇ ਆਇਆ, ਖਾਦਮ ਰਿਜ਼ਵੀ ਸਾਹਿਬ ਨੂੰ ਗਾਲਾ ਕਢਾ ਕੇ ਆਇਆ ਕਿ ਸਿਰਫ ਇਸ ਡਰ ਦੀ ਵਜ੍ਹਾ ਤੋਂ ਭੈਣ ਨਹੀਂ ਕਿ ਜੀ ਤੂੰ ਆਪ ਦੱਸਿਆ ਬੱਚਾ, ਤੇਰਾ ਸਿਰਫ ਮਿਸ਼ਨ ਹੀ ਇਹੀ ਹੈ ਕਿ ਤੂੰ ਇਸਲਾਮ ਦੇ ਅਕਾਬਰੀਨ ਦੀ ਇਨਸਲਟ ਕਰਾਵੇ, ਕਿਉਂਕਿ ਤੂੰ ਮਿਰਜ਼ਾ ਜੇਲਮੀ ਦਾ ਕਤੂਰਾ ਹੈ, ਉਹਨੇ ਤੈਨੂੰ ਕਤੂਰਾ ਪਾਲਿਆ ਹੋਇਆ ਗਸ਼ਤੀ ਦੇ ਬੱਚਿਆ। ਰਾਓ ਭਾਈ ਨਿਦਾ ਨਸਰ ਦਾ ਭਾਈ ਏ, ਇਹਨੂੰ ਇਹ ਪੁੱਛਣਾ ਸੀਗਾ ਨਿਦਾ ਨਸਰ ਨਾਲ ਕਿੰਨੀ ਵਾਰੀ ਜ਼ਨਾਹ ਹੋਇਆ ਹੈ। ਉਹ ਨਿਦਾ ਨਸਰ ਨੇ ਮਸਰੂਲੇ ਕੋਲੋਂ ਹੀ ਆਈ ਹੈ, ਉਹਨੇ ਰੱਬੇ ਦਾ ਕੋਈ ਕੁੱਤਾ ਨਹੀਂ ਛੱਡਿਆ, ਬੰਦਿਆਂ ਦੀ ਗੱਲ ਉਹ ਨਿਦਾ ਨਸਰ ਨੇ ਰੱਬੇ ਦਾ ਕੋਈ ਕੁੱਤਾ ਨਹੀਂ ਛੱਡਿਆ, ਉਹਨੇ ਭੈਣ ਚੋ ਗਸ਼ਤੀ ਨੇ ਤੇ ਉਹ ਜਿਹੜੀ ਫਾਇਦਾ ਉਹਦੀ ਮਾਂ ਹੈ, ਉਹ ਜਿਹੜੀ ਰੰਡੀ ਨਸੀਰ ਸ਼ਾਹ ਉਹਦੇ ਨਾਲ ਜ਼ਨਾ ਕਰਦਾ ਰਿਹਾ ਬੇਟੀ ਨਾਲ ਵੀ ਤੇ ਮਾਂ ਨਾਲ, ਉਹ ਮਿਰਜ਼ਾ ਤਾਹਿਰ ਜਿਹੜਾ ਤੁਹਾਡਾ ਹਜ਼ੂਰ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਉਸ ਦੀ ਗਸ਼ਤੀ ਮਾਂ ਦੇ ਬੱਚੇ ਨੇ, ਉਹ ਮਿਰਜ਼ਾ ਤਾਹਿਰ ਦੀ ਮਾਂ ਉਹ ਹੈ ਉਮੇ ਤਾਹਿਰ ਜਿਹਨੂੰ ਕਹਿੰਦੇ, ਜਿਹਦੇ ਫੁੱਦੇ ਵਿੱਚੋਂ ਪੀਪ ਨਿਕਲਦੀ ਰਹੀ, ਉਹਦਾ 4 ਦਫ਼ਾ ਕਫਨ ਬਦਲਿਆ ਉਹ ਕੰਜਰੀ ਨੂੰ ਦਫ਼ਾ ਕਰਨ ਵਾਸਤੇ। ਯਾਰ ਤੁਸੀਂ ਕਿੱਥੇ, ਤੁਹਾਡਾ ਇਮਾਨ ਮਰ ਗਿਆ, ਤੁਸੀਂ ਇਹਨਾਂ ਖੰਜ਼ੀਰਾਂ ਨੂੰ ਇਸ ਵਾਸਤੇ ਗਾਲਾਂ ਕੱਢਣ ਦਿੰਦੇ ਹੋ, ਬਾਬਾ ਖਾਦਮ ਹੁਸੈਨ ਰਿਜ਼ਵੀ ਨੂੰ ਗਾਲਾਂ ਕਢਵਾਈਆਂ ਕਿ ਤੁਸੀਂ ਜਨਾਬ ਉਹ ਭੈਣ ਚੋ ਤੁਹਾਡੀ ਤਸਵੀਰਾਂ ਟੰਗ ਦੇਣਗੇ, ਕੁੱਤੀ ਮਾਂ ਦੇ ਬੱਚਿਓ, ਤੁਹਾਡਾ ਇਮਾਨ ਕਿੱਥੇ ਚਲਾ ਗਿਆ? ਤੁਸੀਂ ਹਜ਼ੂਰ ਸੱਲ ਸਲਮ ਦੀ ਗੁਸਤਾਖੀ ਕਰਾਉਂਦੇ ਹੋ, ਅੰਮਾ ਆਇਸ਼ਾ ਦੀਆਂ ਗੁਸਤਾਖੀਆਂ ਕਰਾਉਂਦੇ ਹੋ ਕੁੱਤਿਆਂ ਨੂੰ ਬਿਠਾ ਕੇ।
ਪਾਓ ਭਾਈ ਇਹ ਪੱਪੂ ਮਲਕ ਵੀ ਨਾ ਆਪਣੀ ਭੈਣ ਨੇ ਦਾ ਨਸ਼ਾ ਨਜ਼ਰ ਨਾ ਕਰਦਾ ਰਿਹਾ ਹੈ, ਇੱਥੇ ਵੀ ਰੋਸ਼ਨੀ ਪਾਓ। Nothing beats a Jet 2 holiday and right now you can say unko ho raha hai ki kuch hai kuch hai nahi na ਔਰ 10:30 ਹੋ ਗਏ 15 ਮਿੰਟ ਉਹ ਆਈ ਅੱਛਾ ਤੁਸੀਂ ਕੋਈ ਖੌਫ ਤਾਂ ਨਹੀਂ ਬਣਾ ਰਹੇ ਨਿਦਾ ਕੀ ਤੁਮ ਆਈ ਗਿਵ ਮੀ ਅ ਹਗ ਬੱਡੇ ਹੋ ਗਏ ਹਾਂ ਬੱਡੇ ਹੋ ਗਏ ਹਾਈ ਹੋਈ ਕਰਤੇ ਰਹਤੇ ਹਾਈ ਹੋਈ ਹਾਈ ਹੋਈ ਕਿਸ ਬਾਤ ਤੇ ਕਰਾਤ ਆ ਰਹੀ ਹੈ ਆਪਣੀ ਯਾਰ ਕੀ ਹੈ ਫਿਰ ਵਾਟ ਇਜ਼ ਯੋਰ ਸਟੈਂਡਰਡ ਵਾਟ ਸਟੈਂਡਰਡ ਯੋਰ ਅਮੀ ਇਜ਼ ਅ ਬੈਡ ਸਟੈਂਡਰਡ ਵਾਟ ਸਟੈਂਡਰਡ ਯੋਰ ਅਮੀ ਇਜ਼ ਅ ਬੈਡ ਸਟੈਂਡਰਡ ਇਹ ਮਰਜ਼ਈਆਂ ਦੇ ਜਿਹੜੇ ਖਜੂਰ ਜਿਹਨੂੰ ਬਣਾਇਆ ਤੁਸੀਂ ਇੱਕ ਮਿੰਟ ਇਹ ਮਿਰਜ਼ਾ ਤਾਹਿਰ ਦੀ ਬੇਟੀ ਆਪਣੀ ਭੈਣ ਜਾਂ ਵੀ ਨਵਾਸੀ ਆਪਣੀ ਮਾਂ ਨੂੰ ਰੰਡੀ ਕਹਿ ਕੇ ਬੁਲਾ ਰਹੀ ਹੈ। ਉਹ ਤੁਹਾਡਾ ਇਹ ਕੰਜਰ ਖਾਨਾ ਜਿਹੜਾ ਲੰਡਨ 'ਚ ਖੁੱਲਿਆ ਹੈ ਗਸ਼ਤੀ ਮਾਂ ਦੇ ਉਹ ਬੱਚੋ ਸੂਰੋ ਉਹ ਨਦਾ ਐ ਨੱਛੋ ਰੰਡੀ ਜਿਹੜੀ ਇਹ ਵੀ ਇਹੀ ਕਰਦੀ ਸੀ। ਇਹ ਰਬੂਏ ਦੇ ਚੌਕ ਤੇ ਮੰਜੀ ਢਾ ਕੇ ਚੁੱਡਾ ਮਰਵਾਉਂਦੀ ਸੀ। ਇਸ ਤੋਂ ਬਾਅਦ ਜਿਹੜੀ ਹੈ ਇਹ ਜਿਹੜੀ ਸਬੂਈ ਬੈਠੀ ਹੈ ਲੰਡਨ ਦੇ ਘੜੋਲੇ ਵਾਲੀ ਇਹ ਵੀ ਇਹੀ ਕਰਦੀ ਰਹੀ ਹੈ। ਫਿਰ ਮਿਰਜ਼ੇ ਤਾਹਿਰ ਦੀ ਮਾਂ ਜਿਹੜੀ ਸੀ ਉਮੇ ਤਾਹਿਰ ਬਣੀ ਹੈ ਇਹ ਗਸ਼ਤੀ ਜਿਹੜੀ ਹੈ ਇਹਨੂੰ ਜਨਾਬ ਮੁੱਦਾ ਜਾਂਦਾ ਰਿਹਾ ਆਪਣੀ ਭੈਣ ਨੂੰ ਜਿਨਾ ਕਰਦਾ ਰਿਹਾ ਕੁੱਤੀ ਮਾਂ ਦੇ ਉਹ ਬੱਚਿਓ। ਅੱਛਾ ਜੀ ਟ੍ਰਿਪਲ ਜ਼ੈਡ ਜ਼ੋਨ ਕੌਣ ਸੇਲਰ ਕੌਣ ਹੈ ਜੀ ਟ੍ਰਿਪਲ ਜ਼ੈਡ ਸੇਲਰ ਹੈਲੋ ਹੂ ਇਜ਼ ਦਿਸ ਚਲੋ ਜੀ ਸੀ ਐਫ ਗੁਜਰ ਕਿੱਥੇ ਟੁਰ ਗਿਆ ਗੁੱਡ ਨਾਈਟ ਕਿੱਥੇ ਹੋ ਗਈ ਗੁੱਡ ਨਾਈਟ ਉਹ ਨਹੀਂ ਜਿਹੜਾ ਬੋਲੇ ਉਹਨੂੰ ਚੁੱਕ ਕੇ ਤਲੇ ਪਾਓ ਅਗਲੇ ਦਿਨ ਈਸਾਈਆਂ ਨੇ ਲਾਈ ਸੀ ਬਰਾਡ ਹਜ਼ਰਤ ਬਾਬਾ ਗੁਲਾਮ ਹੁਸੈਨ ਰਿਜ਼ਵੀ ਸਾਹਿਬ ਰਹਿਮਤੁੱਲਾ ਅਲੈਹ ਅੱਲਾ ਪਾਕ ਉਹਨਾਂ ਦੀ ਮਾਫਰਤ ਕਰੇ ਉਹਨਾਂ ਦੇ ਉੱਤੇ ਤੇ ਦੂਜੇ ਦਿਨ ਮੈਂ ਫਿਰ ਉਹਨਾਂ ਦੀ ਮਸਜਿਦ ਕੰਨੀ ਜੋਈ ਸਾਹਿਬ ਥੱਲੇ ਬੈਠੇ ਨੇ ਜੀ ਤੁਸੀਂ ਗੱਲ ਜਾਰੀ ਰੱਖੋ ਹਾਂ ਸੋ ਮੈਂ ਫਿਰ ਟੰਗੀ ਮੰਜੀ ਉਹਨਾਂ ਦੀ ਈਸਾਈਆਂ ਦੀ ਮੈਂ ਉਹਨਾਂ ਨੂੰ ਠੰਡਾ ਕੀਤਾ ਮੈਂ ਕਿਹਾ ਖਬਰਦਾਰ ਜੇ ਤੁਸੀਂ ਸਾਡੇ ਬਜ਼ੁਰਗਾਂ ਦੇ ਬਾਰੇ ਕੋਈ ਵੀ ਗੱਲ ਕੀਤੀ ਤੇ ਤੁਹਾਨੂੰ ਪਤਾ ਹੀ ਨਹੀਂ ਐਨੇ ਜੀ ਇਸ ਤਰ੍ਹਾਂ ਤਾਰੀਖ ਲੱਭਿਆ ਕੱਲਿਆ ਨਾਰੇ ਮਾਰੇ ਆ ਕੀਤਾ ਉਹ ਕੀਤਾ ਮੈਂ ਕਿਹਾ ਤੁਸੀਂ ਉਹਨਾਂ ਨੂੰ ਕਹੋ ਬਾਬੇ ਰਾਂ ਨੂੰ ਕਿਉਂ ਫੋਟੋ ਲਾਈ ਤੁਸੀਂ ਤੁਹਾਡੀ ਜ਼ਰੂਰਤ ਕਿਸ ਤਰ੍ਹਾਂ ਹੈ ਤੁਹਾਡੇ ਮੁਲਕਾਂ ਸਾਡੇ ਨਾਲ ਕਿੰਨੀ ਕਿੰਨੀ ਜ਼ਿਆਦਾ ਆਉਂਦੀ ਹੈ ਵਗੈਰਾ ਦੇ ਬੱਚਿਓ ਤੁਹਾਨੂੰ ਪਤਾ ਹੈ ਯਾਦ ਆਉਂਦਾ ਤੁਹਾਨੂੰ ਉਸ ਵਕਤ ਤੁਹਾਨੂੰ ਨਹੀਂ ਪਰਵਾਹ ਆਉਂਦੀ ਤੁਸੀਂ ਚਾਹੁੰਦੇ ਹੋ ਕਿ ਇੱਕ ਪਾਕਿਸਤਾਨ ਬੱਚੇ ਹੈ ਜਿਹਦੇ ਵਿੱਚ ਅਸੀਂ ਕਿਸੇ ਤਰੀਕੇ ਨਾਲ ਜ਼ੋਰ ਤੋੜ ਲਾ ਕੇ ਆਪਣੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਜ਼ਤ ਲਈ ਅਤੇ ਆਪਣੇ ਕੁਰਾਨ ਪਾਕ ਦੀ ਹਿਫਾਜ਼ਤ ਲਈ ਲੜ ਰਹੇ ਹਾਂ ਤੁਸੀਂ ਚਾਹੁੰਦੇ ਕਿ ਉੱਥੇ ਵੀ ਤੁਹਾਨੂੰ ਆਜ਼ਾਦੀ ਮਿਲ ਜਾਏ ਸਾਰਿਆਂ ਨੂੰ ਕਿ ਸਾਡੇ ਉੱਤੇ ਪਹੁੰਚੋ ਬਗੈਰਤੀਆਂ ਕਰੋ ਸਾਡੇ ਕਬਰੀਨ ਦੀਆਂ
ਮੈਂ ਕਿਹਾ ਕੰਮ ਨਹੀਂ ਚੱਲਣ ਦਾਂਗੇ ਅਸੀਂ। ਇਹ ਗਲਤ ਗੱਲ ਹੈ। ਕੋਈ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਬਿਹੇਵ ਤੇ ਬਹਾਵ ਤੇ ਕਿਸੇ ਦੇ ਵੀ ਜਨਾਬ ਨੂੰ ਕੀ ਕਹਿੰਦੇ ਨੇ ਕਰੇ ਤੇ ਗਲਤ ਗੱਲ ਇਹ 'ਚ ਨਹੀਂ ਗੱਲ। ਅੱਛਾ ਜੀ, ਫਿਰ ਇਹਨੇ ਕਾਲ ਪਈ ਹੈ ਯਾਰ, ਤੂੰ ਕਾਲ 'ਤੇ ਆ ਕੇ ਤੇ ਗੱਲ ਨਹੀਂ ਕਰਦਾ, ਪਰ ਪਹਿਲੇ ਗੱਲ ਕਰ ਲੈਣਾ ਤੂੰ। ਹੈਲੋ, ਹੂਜ਼ ਦਿਸ? ਅਸਲਾਮ ਅਲੈਕੁਮ। ਜੀ ਵਾਲੇਕੁਮ ਸਲਾਮ ਭਾਈ ਜਾਨ, ਕੈਸੇ ਹੈ? ਠੀਕ ਹੈ ਜੀ, ਅਲਹਮਦੁਲਿਲਾ ਜੀ। ਭਾਈ ਜਾਨ, ਮੈਂ ਅਲਹਮਦੁਲਿਲਾ ਮੁਸਲਮਾਨ ਹੂੰ, ਮੈਂ ਕਾਦੀਆਨੀ ਵਗੈਰਾ ਨਹੀਂ ਹੂੰ। ਆਪਕੇ ਲਹਿਜੇ ਸੇ ਲੱਗ ਰਿਹਾ ਮੈਂ ਇਸ ਤਰ੍ਹਾਂ ਕਹੂੰਗਾ। ਮੁਝੇ ਬੂ ਆ ਜਾਤੀ ਹੈ ਉਨਸੇ, ਆਪ ਫਿਕਰ ਨਹੀਂ ਕਰੇ ਮੇਰੀ ਜਾਨ ਦੇ ਕੋ। ਜੀ ਜੀ, ਮੈਂ ਭਾਈ, ਮੈਂ ਨਾ ਪਾਕਿਸਤਾਨ ਸੇ ਏਕ ਸਾਲ ਹੁਆ ਯਹਾਂ ਆਇਆ ਨਾ ਯੂਕੇ ਮੇਂ, ਵਹਾਂ ਪੇ ਤੋ ਆਪਕੋ ਪਤਾ ਲਾਈਵ ਵਗੈਰਾ ਕਾ ਸੀਨ ਨਹੀਂ ਹੈ। ਤੋ ਅਭੀ ਕੁਛ ਦਿਨੋਂ ਸੇ ਦੇਖਨਾ ਸ਼ੁਰੂ ਕੀਆ, ਯੇ ਬੇਗੈਰਤ ਕੇ ਬੱਚੇ ਜਿਸ ਲਾਈਵ ਪੇ ਦੇਖ, ਮਤਲਬ ਆਪ ਸਕਰੋਲ ਕਰਤੇ ਜਾਏ, ਇੱਕ ਕੁੱਤੀ ਮਾਂ ਕੇ ਬੱਚੇ ਹੈ, ਇਨਸੇ ਯੇ ਨਾ ਬੁਲਾਤੇ ਹੈ ਉੱਪਰ ਕੇ ਬੰਦਾ ਨਾ ਆ ਕੇ ਹਮਸੇ ਬਾਤ ਕਰੇ, ਔਰ ਹਰ ਇੱਕ ਕਾ ਟੈਂਪਰਾਮੈਂਟ ਇਤਨਾ ਨਹੀਂ ਹੋਤਾ ਕਿ ਵੋ ਇਨਕੀ ਬਾਤ ਵੀ ਸੁਣ ਲੇ ਪੂਰੀ, ਜਿਸ ਤਰ੍ਹਾਂ ਕਿ ਯੇ ਬਕਵਾਸਾਤ ਕਰਤੇ ਹੈ ਨਾ। ਤੋ ਮੁਝੇ ਤੋ ਯੇ ਹਰ ਜਗ੍ਹਾ ਸੇ ਇਨਹੋਨੇ ਬਲਾਕ ਕੀਆ ਹੁਆ, ਮੈਂ ਜਹਾਂ ਵੀ ਜਾਤਾ ਹੂੰ ਤੋ ਇਸ ਨੂੰ ਮੈਂ ਆਪਣੀ ਰੀਅਲ ਆਈਡੀ ਸੇ ਜਾਤਾ ਹੂੰ ਵਹਾਂ ਸੇ ਬਲਾਕ ਕਰ ਦੇਤੇ ਹੈ, ਇਸੇ ਜਾਤਾ ਹੂੰ ਯਹਾਂ ਸੇ ਬਲਾਕ ਕਰ ਦੇਤੇ ਹੈ ਮੁਝੇ। ਇਹ ਆਪ ਅੱਛਾ ਕਰ ਰਹੇ ਕਿ ਆਪ ਇਸ ਤਰ੍ਹਾਂ ਕੀ ਬਲੌਗ ਚਲਨੇ ਚਾਹੀਏ। ਅਸਲਾਮ ਅਲੈਕੁਮ। ਵਾਲੇਕੁਮ ਵਾਲੇਕੁਮ ਸਲਾਮ। ਥੈਂਕ ਯੂ ਵੈਰੀ ਮੱਚ ਫॉर ਯੂਰ ਨਾਈਸ ਕੰਪਲੀਮੈਂਟ ਬ੍ਰਦਰ। ਯੂ ਵੈਲਕਮ ਜੀ। ਜੀ ਪਰ ਭਾਈ, ਮੈਂ ਇੱਕ ਛੋਟੀ ਸੀ ਬਾਤ ਐਡ ਕਰਨਾ ਚਾਹੂੰਗਾ। ਇਹ ਜੋ ਇੱਕ ਮੈਂ ਇੱਕ ਤੋਂ ਹੋਤਾ ਹੈ ਕਿ ਇੱਕ ਬੰਦੇ ਕੋ ਸਮਝ ਨਹੀਂ ਹੈ, ਯੇ ਇੱਕ ਐਵਰੇਜ ਦਰਜੇ ਕੇ ਬੰਦੇ ਕੋ ਵੀ ਯੇ ਕਾਬੂ ਕਰ ਲੇਤੇ ਹੈ, ਉਸਕੇ ਦਿਮਾਗ ਮੇਂ ਵੀ ਐਸੀ ਯੇ ਉਲਟੀ ਬਾਤੇਂ ਡਾਲਤੇ ਹੈ ਕਿ ਇੱਕ ਐਵਰੇਜ ਮਾਇੰਡ ਕਾ ਬੰਦਾ ਹੈ ਵੋ ਵੀ ਇਨਕੀ ਬਾਤੋਂ ਮੇਂ ਬਹਿਕ ਜਾਤਾ ਹੈ, ਕਿਉਂਕਿ ਯੇ ਬਾਤੇਂ ਇਸ ਤਰ੍ਹਾਂ ਸੇ ਕਰਤੇ ਹੈਂ, ਯਾ ਆਪਕੋ ਭਾਈ ਬਨ ਕਹਿ ਕੇ ਮੇਰੇ ਭਾਈ ਐਸੇ ਕਰਕੇ ਐਸੇ ਕਰਕੇ, ਔਰ ਸਾਰੀ ਗਲੀਜ਼ ਬਾਤੇਂ ਯੇ ਉਸਮੇਂ ਕਰਤੇ ਹੈ। ਬਿਲਕੁਲ ਠੀਕ, 100%। ਅੱਛਾ ਦੇਖੇਂ, ਮੈਂ ਨਾ ਯੇ ਜੋ ਪਿਕਚਰ ਲਗਾਈ ਵੀ ਹੈ ਨਾ, ਯੇ ਆਪਣੇ ਮੁਸਲਮਾਨੋਂ ਕੇ ਨਾਮ ਪੇ ਦੱਬਾ ਹੈ, ਠੀਕ ਹੈ, ਔਰ ਮੈਂ ਨਹੀਂ ਚਾਹਤਾ ਕਿ ਕੋਈ ਮੁਸਲਮਾਨ, ਕੋਈ ਵੀ ਮੁਸਲਮਾਨ ਮਰਜ਼ੀਓ ਸੇ ਇਸ ਤਰ੍ਹਾਂ ਡਿਬੇਟ ਕਰੇ, ਜੈਸੇ ਕਿ ਇੱਕ ਬਹੁਤ ਹੀ ਇਸਕੋ ਯੇ ਨਹੀਂ ਕਹਤੇ ਕਿ ਯੇ ਬਹੁਤ ਅੱਛਾ ਮਾਹੌਲ ਹੈ, ਗਾਲੀ, ਮੈਂ ਕਿਸੇ ਗਾਲੀ ਕੋ ਪ੍ਰਮੋਟ ਨਹੀਂ ਕਰ ਰਹਾ, ਲੇਕਿਨ ਮੁਨਾਜ਼ਰੇ ਕੇ, ਡਿਬੇਟ ਕੇ ਕੁਛ ਅਸੂਲ ਹੋਤੇ ਹੈ, ਠੀਕ ਹੈ, ਔਰ ਆਪ ਜਿਨ ਸੇ ਮੁਨਾਜ਼ਰੇ ਕਰ ਰਹੇ ਹੋ ਵੋ ਪਹਿਲੇ ਸੇ ਹੀ ਗੁਸਤਾਹ ਹੈ, ਸਭ ਕੇ ਸਭ ਗੁਸਤਾਹੀਓ ਮੇਂ ਮੁਲਵਸ ਹੈ, ਠੀਕ ਹੈ, ਗੁਸਤਾਹੀਆਂ ਕਰਤੇ ਹੈਂ ਔਰ ਕਰਵਾਤੇ ਹੈਂ। ਪੱਪੂ ਮਲਕ, ਹੁਣ ਤੇਰਾ ਜਿਹੜਾ ਵੇ ਨਾ ਹੁਣ ਟਾਈਮ ਫਿਨਿਸ਼ ਹੋ ਗਿਆ, ਹੁਣ ਇੱਥੇ ਆਏਗਾ ਗਾਲਾਂ ਖਾਏਗਾ, ਇਹਦੇ ਤੋਂ ਬਿਹਤਰ ਹੈ ਮੈਂ ਉਹ ਬੰਦਾ ਨਹੀਂ ਹੈ ਕਿ ਤੈਨੂੰ ਬਿਠਾਵਾਂ ਅਤੇ ਤਮਾਸ਼ਾ ਲਵਾਵਾਂ, ਅੰਡਰਸਟੈਂਡ, ਅਤੇ ਤੂੰ ਹੁਣ ਜਾ, ਠੀਕ ਹੈ, ਗਾਇਬ ਹੋ ਜਾ ਤੂੰ। ਅਤੇ ਇਹਨਾਂ ਬੰਦਿਆਂ ਨੂੰ ਪਲੀਜ਼, ਜਿੱਥੇ ਵੀ ਇਹਨਾਂ ਦੇ ਸੁਣਦੇ ਹੋ ਨਾ, ਜਿਹੜੇ ਇਹ ਅਲਫਾਜ਼ ਮਰਜ਼ਈ ਇਹਨਾਂ ਦੀਆਂ ਬਰਾਡਾਂ ਦੇ ਉੱਤੇ ਕਹਿੰਦੇ ਨੇ ਨਾ, ਮੂਤਰ ਸ਼ਲਵਾਰ, ਮੂਤਰ ਸ਼ਲਵਾਰ, ਖੁਦਾ ਦੀ ਕਸਮ ਚੁੱਕ ਕੇ ਕਹਿੰਦਾ, ਤੁਹਾਨੂੰ ਆਪਣੇ ਅਕਾਇਦ ਦਾ ਪਤਾ ਹੀ ਨਹੀਂ ਹੈ ਕਿ ਨਮੂਸੇ ਰਸਾਲਤ ਇੱਕ ਐਸਾ ਸੈਂਸਿਟਿਵ ਮੌਜੂ ਹੈ ਜਿਹਦੇ ਵਿੱਚ ਤੁਹਾਡੇ ਵੀ ਇਮਾਨ ਜਾਣ ਦਾ ਖਤਰਾ ਹੋਵੇ। ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਇਹ ਕੰਜਰ ਦੇ ਬੱਚੇ, ਇਹਨਾਂ ਨੇ ਹਰ ਦੂਸਰੇ ਤੀਸਰੇ ਮਿੰਟ ਦੇ ਵਿੱਚ ਮੁਨਾਜ਼ਰੇ ਕਰਨੇ ਉਹਨਾਂ ਲੋਕਾਂ ਨਾਲ ਜਿਹੜੇ ਕਿ ਬਜ਼ਾਤੇ ਖੁਦ ਗੁਸਤਾਹੀਆਂ ਦੇ ਵਿੱਚ ਇਨਵੋਲਵ ਨੇ,
ਮਰਜ਼ਈ ਕੁੱਤੀ ਮਾਂ ਦਾ ਬੱਚਾ ਹਰਾਮੀ, ਇਹ ਜਿਹੜਾ ਕਲਮਾ ਪੜ੍ਹਦੇ ਨੇ ਨਾ, ਇਹ ਕਿਉਂ ਜਾਣ ਬੁੱਝ ਕੇ ਨਾ, ਜਿਹੜਾ ਮਨਾਰਾ ਸੀ ਮੇਰੇ ਕੋਲ ਇੱਕ ਬਲੈਕ ਐਂਡ ਵਾਈਟ ਪਿਕਚਰ ਪਈ ਦੀ ਹੈ, ਇਹਦੇ ਵਿੱਚ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਇਲਾ ਦੀ ਜਗ੍ਹਾ ਮੁਹੰਮਦ ਦੀ ਜਗ੍ਹਾ ਇਹਨਾਂ ਅਹਿਮਦ ਲਿਖਿਆ ਸੀ ਬਗੈਰਤੇ ਦੇ ਬੱਚਿਆਂ ਨੇ। ਮੇਰੇ ਕੋਲ ਪਿਕਚਰ ਮੌਜੂਦ ਹੈ ਉਸ ਮਨਾਰੇ ਦੀ, ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਸੀ ਨਾ, ਅਗਲੇ ਬਾਂਹ ਚਾੜੀ ਸੀ ਨਾ, ਤੇ ਕਹਿੰਦੇ ਸਨ ਗਲਤੀ ਨਾਲ ਲਿਖ ਦਿੱਤਾ। ਸਾਊਥ ਅਫਰੀਕਾ ਵਿੱਚ ਮਸਜਿਦ ਬਣਾਈ ਸੀ ਨਾ ਬਗੈਰਤਾ ਦੇ ਬੱਚਿਆਂ, ਉੱਥੇ ਲਿਖਿਆ ਸੀ। ਤੇ ਇੱਥੇ ਇਹ ਇਹਨਾਂ ਦੇ ਅਕਾਇਦ, ਮਿਰਜ਼ੇ ਦੀ ਕਿਤਾਬ ਇੱਕ ਗਲਤੀ ਕਾ ਗਜ਼ਾਲਾ ਪੜ੍ਹ ਲਵੋ, ਤੇ ਖੁਦਾ ਦੀ ਕਸਮ ਚੁੱਕੇ ਕਹਿੰਦਾ ਕਿ ਮੇਰਾ ਦਿਲ ਕਰਦਾ ਕਿ ਮਰਜ਼ਈਆਂ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ, ਜਿਹੋ ਜਿਹੇ ਇਹਨਾਂ ਦੇ ਅਕਾਇਦ ਨੇ। ਕੁਛ ਸ਼ਰਮ ਕਰੋ, ਕੁਛ ਹਯਾ ਕਰੋ ਮਰਜ਼ਈਓ, ਜੇ ਗੈਰਤ ਹੈ ਜਿਹਨਾਂ, ਜੇ ਆਕਾ ਏ ਦੋ ਜਹਾਨ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਜਿਹੜਾ ਮਰਜ਼ਈ ਆਪਣੇ ਆਪ ਨੂੰ ਵਾਕਿਆ ਹੀ ਮੁਸਲਮਾਨ ਸਮਝਦਾ ਹੈ, ਤੇ ਮੁਸਲਮਾਨ ਦੇ ਅਕਾਇਦ ਜਿੰਨੀ ਮੁਹੱਬਤ ਆਕਾ ਏ ਦੋ ਜਹਾਨ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਾਲ ਕਰਦੇ ਹੋ ਨਾ, ਠੀਕ ਹੈ, ਤੇ ਜੇ ਮਿਰਜ਼ੇ ਦੀ ਕਿਤਾਬ ਇੱਕ ਗਲਤੀ ਕਾ ਅਜ਼ਾਲਾ ਪੜ੍ਹ ਲਓਗੇ ਨਾ, ਤੇ ਤੁਸੀਂ ਮਿਰਜ਼ੇ ਤੇ ਲਾਹਨਤ ਪਾਣੀ ਸ਼ੁਰੂ ਕਰ ਦਿਓਗੇ। ਕਿਉਂ ਕਿ ਮੇਰੇ ਆਕਾ ਏ ਦੋ ਜਹਾਨ ਦਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਅੱਲਾਹ ਤਾਲਾ ਦੀ ਜ਼ਾਤ ਨੇ ਪਰਛਾਵਾਂ ਨਹੀਂ ਬਣਾਇਆ ਤਾਂ ਕਿ ਉਹਨਾਂ ਦੀ ਡਿਸਰਸਪੈਕਟ ਨਾ ਹੋਏ ਉਹਨਾਂ ਦੇ ਪਰਛਾਈ ਦੀ, ਤੇ ਇਹ ਕੰਜਰ ਦਾ ਬੱਚਾ ਜ਼ਿੱਲੀ ਬਰੂਦੀ ਬਣ ਗਿਆ ਉਹਨਾਂ ਹਰ। ਤੇ ਕੁਛ ਖੁਦਾ ਦਾ ਖੌਫ ਕਰੋ ਪਲੀਜ਼, ਇਹ ਬੜਾ ਸੈਂਸਿਟਿਵ ਮੌਜੂ ਜੇ। ਇਹ ਜਿਹੜੇ ਕੰਜਰੀ ਮਾਂ ਦੇ ਬੱਚੇ ਇੱਥੇ ਟੰਗੇ ਦੇ ਨੇ ਨਾ, ਇਹ ਚਾਹੁੰਦੇ ਨੇ ਕਿ ਐਸਾ ਇੱਕ ਖੁਸ਼ਗਵਾਰ ਮਾਹੌਲ ਪੈਦਾ ਕੀਤਾ ਜਾਏ, ਇਹਨਾਂ ਨਾਲ ਖੁਸ਼ਗੱਪੀਆਂ ਹੋਣ, ਖਾਣਾ ਪੀਣਾ ਹੋਏ, ਠੀਕ ਹੈ। ਅੱਲਾਹ ਤਾਲਾ ਦੀ ਜ਼ਾਤ ਨੇ ਇਹਨਾਂ ਦੇ ਮੂੰਹ ਦੇ ਵਿੱਚੋਂ ਹੀ ਮੈਨੂੰ ਇਹੋ ਜਿਹੀ ਰਿਕਾਰਡਿੰਗ ਚਲਾ ਕੇ ਤੇ ਦਿਖਾ ਦਿੱਤੀਆਂ ਨੇ ਕਿ ਇਹ ਬਗੈਰਤ ਦੇ ਬੱਚੇ ਨੂਰਾ ਕੁਸ਼ਤੀ ਪੇ ਕਰਦੇ ਨੇ, ਆਵਾਮ ਨੂੰ ਸਿਰਫ ਤੇ ਸਿਰਫ ਇਸ ਚੀਜ਼ ਤੇ ਮਾਇਲ ਕਰਦੇ ਨੇ ਕਿ ਨਹੀਂ ਯਾਰ, ਇਨਸਾਨੀਅਤ ਦੇ ਨਾਤੇ, ਮਰਜ਼ੀਅਤ ਦੇ ਨਾਤੇ ਇਹਨਾਂ ਨਾਲ ਵੀ ਗੁਫ਼ਤਗੂ ਹੋਣੀ ਚਾਹੀਦੀ ਹੈ। ਤੇ ਗੁਫ਼ਤਗੂ ਕਿਹਦੇ ਤੇ ਹੋਣੀ ਚਾਹੀਦੀ ਹੈ? ਕੁਰਾਨੋ ਹਦੀਸ ਤੇ। ਕੁਰਾਨੋ ਹਦੀਸ ਤੇ ਮਰਜ਼ਈ ਨਾਲ ਗੁਫ਼ਤਗੂ ਕਰਨਾ ਹਰਾਮ ਹੈ, ਜੁਰਮ ਹੈ, ਨਹੀਂ ਕਰ ਸਕਦੇ ਤੁਸੀਂ। ਜੇ ਫਤਵਾ ਕਹਿੰਦੇ ਹੋ ਤੇ ਫਤਵਾ ਸੁਣਾ ਦੇਣਾ ਤੁਸੀਂ ਉਹਨਾਂ ਕੀ ਕਹਿੰਦੇ ਨੇ ਆਲਮੇ ਦੀਨ ਨਾਲੋਂ ਤੁਸੀਂ ਵੱਡੇ ਨਹੀਂ ਹੋ ਜਿਨ੍ਹਾਂ ਨੇ ਇੰਨੀ ਇਸਲਾਮ ਦੀ ਖਿਦਮਤ ਕੀਤੀ। ਜੇ ਨਹੀਂ ਤਬਾਹ ਤਾਂ ਸੁਣ ਲਵੋ, ਐਸੇ ਮੈਂ ਤੁਹਾਡੀਆਂ ਫੋਟੋਆਂ ਟੰਗ ਕੇ ਨਾ, ਤੇ ਮੈਂ ਬਾਰ ਬਾਰ ਇਹ ਫਤਵਾ ਸੁਣਾਉਣਾ ਪਿਆ ਤੁਹਾਨੂੰ ਕਿ ਪਲੀਜ਼ ਅੱਖਾਂ ਖੋਲੋ ਕਿ ਤੁਸੀਂ ਬਜ਼ਾਤੇ ਖੁਦ ਗੁਨਾਹਗਾਰ ਹੋ ਰਹੇ ਹੋ, ਕੰਜਰ ਦੇ ਬੱਚਿਓ। ਇਹ ਸੁਣੋ ਜੀ, ਜ਼ਰਾ ਫਤਵਾ ਸੁਣ ਲਵੋ, ਤੇ ਇਹ ਤੁਸੀਂ ਇਹਨਾਂ ਤੋਂ ਵੱਡੇ ਹੋ। ਅਗਰ ਕੋਈ ਮੇਰੇ ਬਾਅਦ ਨਬੀ ਹੋਤਾ ਤੋ ਖਤਾਬ ਕਾ ਬੇਟਾ ਉਮਰ ਜੋ ਹੋ ਸਕਤੇ ਥੇ ਜਬ ਵੋ ਨਹੀਂ ਹੋਏ ਤੋ ਤੂੰ ਕਾਨਾ ਸ਼ਾਨਾ ਉੱਠ ਕੇ ਆ ਗਿਆ ਇਧਰ ਕਾਦੀਆਨ ਕਾ ਰਹਿਣੇ ਵਾਲਾ ਔਰ ਤੂੰ ਕਹਤਾ ਨਹੀਂ ਮੁਝੇ ਮਾਨ ਲੋ, ਚਲੋ ਪੂਰਾ ਨਾ ਮਾਨੋ ਜ਼ਿੱਲੀ ਮਾਨ ਲੋ ਬਰੂਜ਼ੀ ਮਾਨ ਲੋ, ਕੋਈ ਹਯਾ ਹੋਣੀ ਚਾਹੀਏ। ਬੜੇ ਬੜੇ ਸਿਆਣੇ ਬੰਦੇ ਉਨਕੋ ਅੱਜ ਤੱਕ ਪਤਾ ਹੀ ਨਹੀਂ ਕਿ ਇਹ ਜ਼ਲੀਲ ਕਿਤਨੇ, ਇਨਕੇ ਅੰਦਰ ਖਬਾਸਤ ਕਿਤਨੀ ਪਾਈ ਜਾਤੀ ਹੈ। ਮੇਰੇ ਰਸੂਲ ਪਾਕ ਅਲਿਕਸ ਉਮਤ ਕੇ ਲੋਗੋ ਨੇ ਆਪਣੇ ਆਪਣੇ ਦਲਾਇਲ ਦੀਏ, ਨਬੀ ਪਾਕ ਕੀ ਉਮਤ ਨੇ ਆਪਣੇ ਆਪਣੇ, ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਰਹਿਮਤੁਲਾ ਅਲੈਹ ਖਤਮੇ ਨਬੂਵਤ ਪੇ ਬਾਤ ਕਰਨੇ ਲੱਗੇ ਤੋ ਉਹਨਾਂ ਨੇ ਅਨੋਖੀ ਬਾਤ ਹੀ ਕਰ ਦੀ, ਅਨੋਖੀ ਬਾਤ। ਇੱਕ ਸ਼ਖਸ ਉਸੇ ਕਹਿੰਦੇ ਲੱਗਾ ਚੱਲ ਕੇ ਦੇਖੋ ਤੇ ਸਹੀ ਮਿਲੇ ਤੋ ਸਹੀ, ਆ ਫਰਮਾਨੇ ਲੱਗੇ ਦਫਾ ਕਰੋ, ਜਿਨ੍ਹਾਂ ਅੰਦਰ ਇਸ਼ਕ ਹੈ ਰਚਿਆ ਉਹਨਾਂ ਨਹੀਂ ਭੱਜ ਜਾਣਾ, ਭਾਵੇਂ ਸੋਹਣੇ ਮਿਲਣ ਹਜ਼ਾਰਾਂ ਅਸਾਂ ਨਹੀਂ ਯਾਰ ਵਟਾਉਣਾ, ਹਮਨੇ ਦਾਏ ਬਾਏ ਦੇਖਣਾ ਜ਼ਰੂਰਤ ਹੀ ਨਹੀਂ, ਹਮਾਰੇ ਰਸੂਲ ਨੇ ਕੋਈ ਕਮੀ ਛੋੜੀ ਨਹੀਂ, ਬਾਕੀ ਆ ਰਹੇ ਯਹਾਂ ਖੈਰਾਤ ਲੈਣੇ। ਹਜ਼ਰਤ ਮੂਸਾ ਕਹਿ ਰਹੇ ਅੱਲਾਹ ਆਪਣੇ ਆਖਰੀ ਨਬੀ ਕੀ ਉਮਤ ਮੇਂ ਸ਼ਾਮਿਲ ਕਰ ਲੇ, ਤੋ ਹਮੇ ਕਿਆ ਜ਼ਰੂਰਤ ਹੈ ਪਤਾ ਵੀ ਕਰਨੇ ਕੀ, ਔਰ ਸੁਣ ਲੇ ਯਾਦ ਰੱਖੇ ਬਾਤ। ਇਮਾਮ ਆਜ਼ਮ ਅਬੂ ਹਨੀਫਾ ਰਹਿਮਤੁਲਾ ਅਲੈਹ ਫਰਮਾਤੇ, ਅਗਰ ਕਿਸੀ ਬੰਦੇ ਨੇ ਦਾਵਾ ਕੀਆ ਕਿ ਮੈਂ ਨਬੀ ਹੂੰ, ਦਾਵਾ ਕੀਆ ਕਿ ਮੈਂ ਨਬੀ,
ਗੌਰ ਨਾਲ ਸੁਣੀਓ ਕਿਹਦੇ ਕਿਹਦੇ ਅਲਫਾਜ਼ ਕਹਿੰਦੇ ਨੇ ਪੇ, ਠੀਕ ਹੈ। ਇਹ ਅਲਾਮਾ ਅਜਮਲ ਰਜ਼ਾ ਕਾਦਰੀ ਸਾਹਿਬ ਕਿਹਦਾ ਹਵਾਲਾ ਦੇ ਰਹੇ ਨੇ, ਤੁਸੀਂ ਉਹਨਾਂ ਔਲਮਾ ਇਕਰਾਮ ਤੋਂ ਉਹਨਾਂ ਆਲਮੇ ਦੀਨ ਤੋਂ ਵੱਡੇ ਨਹੀਂ ਹੋ। ਸੁਣ ਲਈਓ ਜ਼ਰਾ, ਕੰਨ ਖੋਲ੍ਹ ਕੇ ਸੁਣੋ ਬਗੈਰ ਤੋਂ, ਜਿਹੜੇ ਜਿਹੜੇ ਉਹਨਾਂ ਨਾਲ ਮੁਨਾਜ਼ਰਾ ਰੱਖਣ ਦਾ ਸ਼ੌਕ ਰੱਖਦੇ ਹੋ ਨਾ ਪੇ, ਜ਼ਰਾ ਗੌਰ ਨਾਲ ਸੁਣੀਓ ਅਤੇ ਆਪਣੇ ਗਿਰੇਬਾਨ 'ਚ ਝਾਂਕੀਓ। امام اعظم ابو حنیفہ رحمۃ اللہ علیہ فرماتے ہیں اگر کسی بندے نے دعویٰ کیا کہ میں نبی ہوں, دعویٰ کیا کہ میں نبی ہوں اور سامنے والے نے اسے یہی کہہ دیا نا کہ اگر تو نبی ہے تو معجزہ دکھا, تو یہ کہنے والا بھی کافر ہو گیا۔ اس لیے کہ اس نے تو دلیل مانگ لیا, یہ تو تھوڑا سا متفق ہوا ہے۔ تماشا دیکھنے کے لیے بھی اگر کہا نا کہ اگر تو نبی ہے تو دلیل لا, کوئی معجزہ, تو یہ لفظ کہنے والا بھی بولیے دارہ اسلام سے کیوں مانگی تو نے دلیل, کیا ضرورت پڑی تھی, کیوں تو نے ایسا کہا؟ اتنا متفقہ عقیدہ ہے کہ تو مانگ تو یہ بھی نہیں کہہ سکتا کہ چل کچھ کر کے دکھا, یہ بھی تیرے لیے جائز ہے۔ صوفیاء کہتے ہیں تو نے سوچ کیسے لیا, طریقت کے اندر تو غیر کی مداخلت قابل قبول, اللہ نے توحید کا ہر جگہ خیال رکھا, رسالت کی وحدانیت کا ہر جگہ خیال۔ ਸ਼ਰਮ ਕਰੋ, ਸ਼ਰਮ ਕਰੋ, ਤੁਹਾਡੀ ਵਜ੍ਹਾ ਤੋਂ ਇਹ ਖੋਤੀ ਬੱਚੀ, ਖੋਤੀ ਮਾਂ ਦਾ ਬੱਚਾ ਅਮਨ ਨਜ਼ੀਰ, ਠੀਕ ਹੈ, ਇਹ ਮਲਕ ਕੈਸਰ ਜਿਹੜੇ ਕਾਇਦੀ ਹੈ ਨੇ ਕਿ ਜਨਾਬ ਮਿਰਜ਼ੇ ਨੇ ਕਿਹੜਾ ਦਾਅਵਾ ਕੀਤਾ ਸੀ, ਉਹਨੇ ਤਾਂ ਕੋਈ ਦਾਅਵਾ ਹੀ ਨਹੀਂ ਕੀਤਾ। ਤੁਹਾਡੀ ਵਜ੍ਹਾ ਤੋਂ ਪਤਾ ਕੀ ਹੋ ਰਿਹਾ, ਉਹ ਜਿਹੜੇ ਬੰਦੇ ਤੁਹਾਨੂੰ ਸੁਣਦੇ ਨੇ ਨਾ, ਉਹਨਾਂ ਬੰਦਿਆਂ ਦੀ ਜਿਹੜੇ ਤੁਸੀਂ ਮਾਇੰਡ ਸੈੱਟ ਪੇ ਕਰਦੇ ਹੋ ਨਾ, ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਮੁਹੱਬਤ ਉਹਨਾਂ ਦੇ ਬੰਦੇ ਉਹਨਾਂ ਬੰਦਿਆਂ ਦੇ ਦਿਲਾਂ 'ਚੋਂ ਘੱਟ ਹੁੰਦੀ ਹੈ ਪਈ। ਕਿਉਂ ਘੱਟ ਹੁੰਦੀ ਹੈ ਪਈ ਕਿ ਇੱਕ ਮਰਜ਼ਾ ਹੀ ਤੁਹਾਡੀ ਬਰਾਡ ਦੇ ਉੱਤੇ ਬਹਿ ਕੇ ਅਤੇ ਨੌਜ਼ ਬਿੱਲਾ ਉਹਨੂੰ ਮੂਤਰ ਸ਼ਲਵਾਰ ਕਹੀ ਜਾ ਰਿਹਾ, ਅਤੇ ਤੁਸੀਂ ਇਹ ਗੱਲਾਂ ਸੁਣ ਕੇ ਕਿ ਤੁਹਾਡੇ ਕੰਨ ਨਹੀਂ ਪੱਕਦੇ, ਤੁਹਾਨੂੰ ਗੁੱਸਾ ਨਹੀਂ ਚੜ੍ਹਦਾ, ਤੁਹਾਡੇ ਜਜ਼ਬਾਤ ਉਂਬੜਦੇ ਨਹੀਂ ਹੈ, ਇਹੋ ਜਿਹੀ ਚੀਜ਼ ਚਾਹੁੰਦੇ ਨੇ ਕਿ ਇਹ ਚੀਜ਼ ਕਰਵਾਈ ਜਾਏ, ਅਤੇ ਤੁਸੀਂ ਸਹੂਲਤਕਾਰ ਹੋ, ਤੁਸੀਂ ਮੁਨਾਫਕ ਕੰਜਰ ਹੋ, ਕੁਛ ਖਿਆਲ ਕਰੋ, ਕੁਛ ਹਯਾ ਕਰੋ। ਇਹੋ ਹੀ ਅਲਫਾਜ਼ ਮੈਂ ਇਨਡਾਇਰੈਕਟਲੀ ਅੱਜ ਤੋਂ 6 ਮਹੀਨੇ ਪਹਿਲੇ ਕਹਿੰਦਾ ਸਾਂ, ਤੁਹਾਡੀਆਂ ਫੋਟੋਆਂ ਨਹੀਂ ਸਾਂ ਟੰਗਣਾ ਚਾਹੁੰਦਾ, ਤੁਸੀਂ ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਕਿ ਜੋ ਕੁਛ ਤੁਸਾਂ 6 ਮਹੀਨੇ 'ਚ ਮੇਰੇ ਨਾਲ ਕੀਤਾ, ਜੋ ਕੁਛ ਤੁਸਾਂ ਇਸਲਾਮ ਦੇ ਬਹਾਨੇ ਦੇ ਨਾਲ ਕੀਤਾ ਨਾ, ਠੀਕ ਹੈ, ਤੁਸੀਂ ਇਸਲਾਮ ਨਮੂਸੇ ਰਸਾਲਤ ਦੇ ਪਹਿਰੇਦਾਰਾਂ ਨੂੰ ਡੈਮੇਜ ਕਰਦੇ ਹੋ। ਇਹ ਕੋਈ ਮੁਨਾਜ਼ਰੇ ਐਸੇ ਨਹੀਂ ਤੁਸੀਂ ਪੇ ਕਰਦੇ ਜਿਹਦੇ ਵਿੱਚ ਮਰਜ਼ੀਅਤ ਨਵਾਜ਼ੀ ਨਾ ਹੋਏ। ਮੈਨੂੰ ਇੱਕ ਚੀਜ਼ ਦੱਸ ਛੜੋ ਕਿ ਇੱਕ ਮਰਜ਼ੀਏ, ਠੀਕ ਹੈ, ਇਹ ਪੱਪੂ ਦਫਾ ਹੋ ਜਾ ਇੱਥੋਂ, ਇਹ ਦਫਾ ਹੋ ਜਾ ਇੱਥੋਂ, ਕਿਉਂ ਗਾਲਾਂ ਖਾਏਗਾ ਮੇਰੇ ਕੋਲੋਂ, ਇੱਕ ਮੈਨੂੰ ਮੇਰੀ ਬਰਾਡ ਦੀ ਐਸੀ ਰਿਕਾਰਡਿੰਗ ਦੱਸ ਛੜੋ ਕਿ ਜਿਹਦੇ ਵਿੱਚ ਮੈਂ ਕਿਸੇ ਗੁਸਤਾਖ ਨੂੰ ਬਿਠਾਇਆ ਹੋਇਆ ਆਪਣੀ ਲਾਈਫ ਦੇ ਉੱਤੇ, ਸਿਰਫ ਇਸ ਵਾਸਤੇ ਕਿ ਇਹ ਬੰਦਾ ਕੰਜਰੀ ਮਾਂ ਦਾ ਬੱਚਾ ਆਏਗਾ ਤੇ ਇੱਥੇ ਦੁਨੀਆ ਇਕੱਠੀ ਹੋਏਗੀ। ਤੁਹਾਡਾ ਇਹ ਵਤੀਰਾ ਵੇ, ਤੁਹਾਡਾ ਇਹ ਕੰਮ ਹੀ ਹੈ ਵੇ ਕਿ ਇਹ ਤੁਸੀਂ ਆਪਣੇ ਕੰਮ ਤੇ ਲੱਗ ਜਾਂਦੇ ਹੋ, ਪਿੱਛੇ ਮੁਨਾਜ਼ਰੇ ਹੋ ਰਹੇ ਨੇ, ਕੋਈ ਗੁਸਤਾਖੀਆਂ ਹੋ ਰਹੀਆਂ, ਕੁਛ ਹੋ ਰਿਹਾ ਵੇ, ਕਾਗਜ਼ ਕੋਈ ਮਿਊਟ ਕਰਿਆ ਤੇਰਾ ਡਬਲ ਆ ਰਹੀ ਹੈ, ਤੇ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੈ, ਲੇਕਿਨ ਇਸ ਚੀਜ਼ ਦਾ ਅਹਿਸਾਸ ਤੁਹਾਨੂੰ ਮੈਂ ਦਵਾਵਾਂਗਾ। ਤੇ ਇਹ ਜ਼ਿਹਨ 'ਚ ਰੱਖਿਓ ਆਉਣ ਵਾਲੇ ਦਿਨ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਔਖੇ ਨੇ। ਮੇਰੇ ਨਾਲ ਤੁਰਨ ਵਾਲੇ ਬੰਦੇ ਸਿਰਫ ਤੇ ਸਿਰਫ ਆਸ਼ਕੇ ਰਸੂਲ ਤੁਰਨ, ਮੁਨਾਫਕ ਬੰਦੇ ਦੀ ਮੇਰੇ ਵਾਸਤੇ ਕੋਈ, ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ। ਇਹ ਜ਼ਿਹਨ 'ਚ ਬਿਠਾ ਲਓ ਆਪਣੇ, ਮੁਨਾਫਕ ਬੰਦੇ ਦੀ ਜਿਹੜਾ ਬੰਦਾ ਇੱਥੇ ਬਹਿੰਦਾ ਨਾ, ਸਿਰਫ ਆਸ਼ਕੇ ਰਸੂਲ ਹੋਣਾ ਚਾਹੀਦਾ ਹੈ,
ਕਿ ਉਸ ਹਬੀਸ ਕਾਣੇ ਦਜਾਲ ਦੇ ਬਾਰੇ 'ਚ ਨਫ਼ਰਤ ਰੱਖਣ ਵਾਲਾ ਬੰਦਾ ਇੱਥੇ ਬੈਠਣਾ ਚਾਹੀਦਾ। ਮੈਂ ਇੱਥੇ ਤੁਹਾਡੇ ਸਾਹਮਣੇ ਮੁਨਾਜ਼ਰੇ ਕਰਵਾਸਾਂ, ਜੇ ਕਿਸੇ ਮਰਜ਼ਈ 'ਚ ਹਿੰਮਤ ਹੈ ਵੇ, ਜਿਹੜੇ ਟੱਟੇ ਵੱਟੇ ਅੱਜ ਕੱਲ੍ਹ ਦੇ ਜਿਹੜੇ ਬੈਠੇ ਦੇ ਨੇ ਮਰਜ਼ਈ ਲਾਈਵਾਂ ਚਲਾਉਂਦੇ ਨੇ ਪਏ, ਇਹਨਾਂ ਨੂੰ ਤਾਂ ਮੈਂ ਲੰਨ 'ਤੇ ਨਹੀਂ ਲਿਖਦਾ, ਕਿਉਂਕਿ ਇਹਨਾਂ ਦੀ ਔਕਾਤ ਨਹੀਂ ਹੈ ਇਸ ਅੱਛੀ ਮੁਕੱਦਸ ਜਗ੍ਹਾ 'ਤੇ ਬਹਿਣ ਦੀ, ਠੀਕ ਹੈ, ਕਿਉਂਕਿ ਗੁਸਤਾਖ ਦੀ ਜਗ੍ਹਾ ਮੇਰੇ ਲਾਈਫ ਦੇ ਉੱਤੇ ਨਹੀਂ ਹੈ। ਲੇਕਿਨ ਹਾਂ, ਵਾਕਿਆ ਹੀ ਕੋਈ ਮਰਜ਼ਈ ਸੁਣਨਾ ਸਮਝਣਾ ਚਾਹੁੰਦਾ, ਠੀਕ ਹੈ, ਅਸੀਂ ਉਹਨੂੰ ਕਿਤਾਬਾਂ ਦੇ ਹਵਾਲੇ 'ਚੋਂ ਦੱਸਾਂਗੇ ਕਿ ਮਿਰਜ਼ੇ ਨੇ ਕਿੱਥੇ ਕਿੱਥੇ ਕੁਫਰ ਕੀਤਾ। ਅਸਲੀ ਤਰੀਕਾ ਮਰਜ਼ਈਅਤ ਨੂੰ ਅਯਾਂ ਕਰਨ ਦਾ ਇਹ ਵੇ, ਨਾ ਕਿ ਤੁਸੀਂ ਇਹਨਾਂ ਨਾਲ ਬਹਿਸੋ ਮੁਬਾਸਾ ਕਰੋ, ਵਫਾਸਤੇ ਈਸਾ ਐਂਡ ਹਜਾਤੇ ਈਸਾ, ਅਤੇ ਜਿੰਨੇ ਵੀ ਤੁਸੀਂ ਆਲਮੇ ਦੀਨ ਇਸ ਟਾਈਮ ਸੁਣਦੇ ਹੋ ਨਾ ਪੇ, ਤੁਸੀਂ ਵੀ ਤੇਰਾ ਕੰਨ ਖੋਲ੍ਹ ਕੇ ਸੁਣ ਲਓ, ਤੁਸੀਂ ਉਹਨਾਂ ਆਲਮੇ ਦੀਨ ਨਾਲੋਂ ਤੁਹਾਡਾ ਕੋਈ ਇੰਨਾ ਹੱਕ ਨਹੀਂ ਹੈ ਜ਼ਿਆਦਾ ਕਿ ਤੁਸੀਂ ਉਹਨਾਂ ਦੇ ਫਤਵੇ ਨੂੰ ਰੱਦ ਕਰਕੇ ਆਪੀ ਮਾਮੇ ਬਣੋ। ਮੈਂ ਨਾ ਕੋਈ ਆਲਮੇ ਦੀਨ ਹਾਂ, ਨਾ ਮੇਰਾ ਕੋਈ ਤਲਕ ਏ, ਨਾ ਕੋਈ ਮੈਂ ਕੋਈ ਮੁਸਲਮਾਨ, ਲੇਕਿਨ ਮੇਰਾ ਐਡਾ ਅਕੀਦਾ ਹੈ ਵੇ ਕਿ ਜਿਹੜੀਆਂ ਬਗੈਰਤੀਆਂ ਜਿਹੜੇ ਕਿ ਤੁਸੀਂ ਬੰਦੇ ਇਕੱਠੇ ਕਰਦੇ ਹੋ ਪਏ, ਗੁਸਤਾਹੀਆਂ ਦੇ ਜ਼ਿਮਰੇ ਦੇ ਵਿੱਚ ਆਉਣੇ ਹੋ ਪਏ, ਉਹਦੇ ਵਾਸਤੇ ਡੈਫੀਨੇਟਲੀ ਹਰ ਉਸ ਬੰਦੇ ਦੀ ਮੰਜੀ ਠੋਕਾਂਗਾ, ਭਾਵੇਂ ਉਹ ਜਿੱਡਾ ਵੱਡਾ ਮਰਜ਼ੀ ਵਾ। ਆਲਮੇ ਦੀਨ ਦਾ ਜਿਹੜਾ ਇੱਕ ਅਕੀਦਾ ਵੇ ਉਹ ਇਹੋ ਹੀ ਹੈ, ਇਹਨਾਂ ਨੂੰ ਠੋਕੋ ਅਤੇ ਮਿਰਜ਼ੇ ਦੀਆਂ ਕਿਤਾਬਾਂ ਨਾਲ ਠੋਕੋ। ਮੇਰੀ ਲਾਈਫ ਨਹੀਂ ਚੱਲਦੀ, ਆਈ ਡੋਂਟ ਕੇਅਰ ਅਬਾਊਟ ਇਟ, ਲੇਕਿਨ ਮੇਰਾ ਇੱਕ ਅਸੂਲ ਹੈ, ਮੇਰਾ ਇੱਕ ਦਾਇਰਾ ਹੈ ਇਸਲਾਮ ਦੇ ਵਿੱਚੋਂ ਨਾ, ਇਸਲਾਮ ਦਾ ਇੱਕ ਦਾਇਰਾ ਵੇ, ਜਦੋਂ ਤੁਸੀਂ ਉਹ ਦਾਇਰੇ ਤੋਂ ਬਾਹਰ ਨਿਕਲੋਗੇ ਨਾ, ਤੁਸੀਂ ਦਾਇਰਾ ਇਸਲਾਮ 'ਚੋਂ ਖਾਰਜ ਹੋ ਜਾਓਗੇ, ਅਤੇ ਤੁਸੀਂ ਤਾਂ ਬੇਗੈਰਤੀ ਦੀ ਇੰਤਹਾ ਕਰ ਛੱਡੀਏ। ਉਹ ਟੱਟੀ ਵਾਲਾ ਉਹਦਾ ਨਾਂ ਲੈਣਾ ਵੀ ਚਲੋ ਕਾਣਾ ਛਾਣਾ ਨੂੰ ਕਹਿ ਲਿਆ ਕਰੋ, ਅਤੇ ਤੁਸੀਂ ਤਾਂ ਉੱਥੇ ਆਪਣੇ ਆਪ ਇੱਕ ਬੰਨ ਲਈਏ ਕਿ ਸਾਡੀ ਲਾਈਫ ਦੇ ਉੱਤੇ ਆਉਣਾ ਜੇ, ਅਤੇ ਜਨਾਬ ਮਿਰਜ਼ੇ ਨੂੰ ਮਿਰਜ਼ਾ ਸਾਹਿਬ ਕਹਿਣਾ ਜੇ, ਮਿਰਜ਼ਾ ਮੇਰੇ ਲੁੱਲ 'ਤੇ, ਮਰਜ਼ਈਆਂ ਨੂੰ ਮੇਰੀ ਪ੍ਰੋਫਾਈਲ ਦੇ ਉੱਤੇ ਭਰੀ ਇਹ ਗੰਦ ਭਰਿਆ, ਮੈਂ ਆਪਣੀ ਲਾਈਫ ਦੇ ਉੱਤੇ ਪ੍ਰੋਫਾਈਲ ਦੇ ਉੱਤੇ ਜ਼ਲੀਲੋ ਰਸਵਾ ਕੀਤਾ ਹੈ। ਮਰਜ਼ਈਆਂ ਨੂੰ ਨਹੀਂ ਆਉਂਦੇ ਲਾਈਫ ਦੇ ਉੱਤੇ, ਨਾ ਆਉਣ, ਬਗੈਰ ਤੋਂ ਕੁਝ ਹਜਾ ਕਰੋ, ਤੁਸੀਂ ਤਮਾਸ਼ਾ ਬਣਾ ਕੇ ਰੱਖ ਚੜਿਆ ਇਸਲਾਮ ਨੂੰ, ਕੁੱਤੇ ਦਿਓ ਪੁੱਤਰੋ। ਸ਼ਕਲਾਂ ਵੇਖੋ ਭੈਣ, ਜਦੋਂ ਸ਼ਕਲ ਕਦੀ ਸ਼ੀਸ਼ੇ ਆਇਨੇ 'ਚ ਦੇਖੀਓ, ਅੱਲਾ ਦੀ ਲਾਹਨਤ ਪਈ ਦੀ ਹੈ ਤੁਹਾਡੀਆਂ ਸ਼ਕਲਾਂ ਦੇ ਉੱਤੇ, ਬੇਗੈਰਤ ਦੇ ਇਨਸਾਨ ਪੁੱਤਰ। ਜਿਸ ਬੰਦੇ ਨੂੰ ਆਪਣੇ ਕਾਇਦ ਦਾ ਨਹੀਂ ਪਤਾ, ਸਿਰਫ ਲਾਈਵਾਂ ਚਮਕਾਉਣ ਵਾਸਤੇ ਤੁਸੀਂ ਇਹ ਕੰਮ ਪੇ ਕਰਦੇ, ਕੋਈ ਖੁਦਾ ਦਾ ਖੌਫ ਕਰੋ, ਖੁਦਾ ਦਾ ਖੌਫ ਕਰੋ। ਟ੍ਰੈਂਡ ਸ਼ੁਰੂ ਕੀਤਾ ਕਿ ਜਿਹੜਾ ਫਲਾਂ ਨੂੰ ਖਵਾਬ ਆ ਰਿਹਾ, ਫਲਾਂ ਨੂੰ ਭੈਣ ਹੀ ਰੱਖ, ਜਿਹੜਾ ਬੁਣ ਮਰਵਾ ਰਿਹਾ ਸੀ ਉਸ ਲਈ ਕੋਈ ਨਹੀਂ ਖਵਾਬ ਆਇਆ ਕਿਸੇ ਨੂੰ, ਉਹ ਕੁੱਤੀ ਮਾਂ ਦਾ ਬੱਚਾ ਜਿਸ ਦੀ ਬੁਣ ਵਿੱਚੋਂ ਖੂਨ ਆ ਰਿਹਾ ਸੀ। ਯਕੀਨ ਕਰੋ ਇਹ ਬੜੇ ਭੈਣ ਹੀ ਹੱਕ ਨੇ, ਇਹ ਸਾਰੇ ਜਿਤਨੇ ਸਾਡੇ ਮੁਸਲਮਾਨ ਨੇ ਉਹਨਾਂ 'ਚ ਉਸ ਨਾਲ ਦਿਮਾਗ ਜਿਹੜਾ ਹੈ ਨਾ, ਇਹ ਛੋਟੀਆਂ ਛੋਟੀਆਂ ਗੱਲਾਂ ਉਸ ਵਿੱਚ ਪਾ ਕੇ, ਅਤੇ ਉਹ ਔਰ ਸਾਰੇ ਸਾਡੇ ਮੁਸਲਮਾਨ ਬਹਿ ਕੇ ਉਹਨਾਂ ਨਾਲ ਆਪ ਵੀ ਗੁਸਤਾਹੀ ਕਰ ਰਹੇ ਹੁੰਦੇ ਯਾਰ। 6 ਮਹੀਨੇ ਪਹਿਲੇ, ਅੱਛਾ ਕੌਣ ਸਾਹਿਬ ਨੇ ਜੀ, ਮੁਹੰਮਦ ਉਸਮਾਨ ਨਜ਼ੀਰ ਸਾਹਿਬ ਜੀ, ਕੈਸੇ ਹੋ, ਠੀਕ ਹੈ ਜੀ, ਅਲਹਮਦੁਲਿਲਾ ਮਾਸ਼ਾਅੱਲਾ ਜੀ। ਹਮ ਆਪਕੀ ਬਾਤ ਕਰਤੇ ਹੈ, ਮੁਝੇ ਪਹਿਲੀ ਬ੍ਰੌਡ ਜੇ ਮਿਲੀ ਹੈ ਜਹਾਂ ਪੇ ਕਾਇਦਿਆਨੋ ਕੇ ਖਿਲਾਫ ਬੋਲਾ ਜਾਤਾ ਹੈ, ਠੀਕ ਹੈ। ਮੈਂ ਖੁਦ ਅਲਹਮਦੁਲਿਲਾ ਸੁੰਨੀ ਹਨਫੀ ਹੂੰ, ਔਰ ਅਭੀ ਜੋ ਹੈ ਨਾ ਕੁਛ ਦੋ ਤਿੰਨ ਬਲਕਿ ਪਿਛਲੇ ਹਫ਼ਤਾ ਦਸ ਦਿਨ ਸੇ ਨਾ, ਸਿਰਫ ਆਪਣਾ ਮੁਸਲਮਾਨ ਡੈਫੀਨੇਸ਼ਨ ਦਿਆ ਕਰੇ ਜੀ ਜੀ, ਸੁੰਨੀ ਸ਼ੀਆ ਬਰੇਲਵੀ ਜਿਤਨੇ ਵੀ ਹਮਾਰੇ ਮਸਲਕ ਹੈ ਵੋ ਸਭ ਵੀ ਬੈਠਤੇ ਹੈ ਯਹਾਂ ਪੇ। ਇਸ ਬ੍ਰੌਡ ਪੇ ਬੈਠਨੇ ਕਾ ਮਕਸਦ ਸਿਰਫ ਔਰ ਸਿਰਫ ਉਮਮਤ ਮੁਸਲਮਾਨ ਕਾ ਏਕ ਅਕੀਦਾ, ਰੱਦੇ ਕਾਦੀਆਂ ਨੇ ਲਾਨਤ ਮਿਰਜ਼ੇ ਕਾਦੀਆਂ ਨੇ, ਬਸ ਜੀ ਬੋਲੇ। ਬੇਸ਼ੁਮਾਰ ਬੇਸ਼ੁਮਾਰ
اور میں آپ کو اور آپ کی پوری ٹیم کو اپریشیٹ کرتا ہوں جنہوں نے یہ آواز بلند کی ہوئی ہے ٹک ٹاک کے اوپر. ٹھیک ہے, ٹک ٹاک کے اوپر ان لاندیوں کی, جو قادیانی لاندی ہیں ان کی جو ورکنگ میں دیکھ کے آ رہا ہوں, وہ انہوں نے 150 بندہ اپنا بٹھایا ہوا ہے, موڈیریٹر بٹھایا ہوا ہے. ٹھیک ہے, اور ہمارے ہی بندے کو اوپر اٹھا کے اور وہ اس کو ایسا وہ ادھر ادھر کر کے پزل کر کے اس کو, اور وہ پھر نیچے اتار دیتے ہیں کہ جی آپ کو تو کچھ معلوم ہی نہیں ہے, آپ تو ابھی پڑھیں جا کے. کیونکہ ابھی پچھلے گھنٹے ڈیڑھ سے ہی جو ہے نا وہ میں ان کی براڈ پہ نیچے تھا. لیکن سب سے پہلے غلطی بھی شاید ہماری ہے کہ ہم ان کی براڈ کو جا کے ان سے بحث شروع کر دیتے ہیں. بہتر یہ ہے کہ ہم ان کی براڈ پہ, آپ کی بھی میں رائے لے تو میری رائے یہ ہے کہ ہم اگر ان کی براڈ پہ جا کے ان کو ایک رپورٹ کر دیا کریں اوپر سے جا کے, تو کیا ایسی ایسا پاسبلٹی یہ ہے کہ ٹک ٹاک اس کے اوپر کوئی ایکشن کرے گا؟ آپ اس بارے میں کیا کہتے ہیں, کیا ایسا ہمیں عمل کرنا چاہیے؟ کہ وہاں پہ تو ہم جاتے ہیں ہمیں میوٹ کر دیا جاتا ہے زیادہ سے زیادہ. ٹھیک ہے, اور پھر اوپر لے کے ڈراپ کر دیا جاتا ہے, ظاہر سی بات ہے وہ ان کا مطلب میوٹ ہے ان کی. دیکھیں اس میں میں پتہ کیا کہوں گا, میں پہلے سے بھی اس بات سے ہی میں ایگری ہوں. دیکھیں میں پورے ایک سال سے یہ لائف چلا رہا ہوں, ٹھیک ہے, اور میرا شروع دن سے یہ ایک ہی عقیدہ ہے کہ ان کی براڈوں پہ ایک عام مسلمان نہیں جایا کریں. یہ اسی طرح یہ ملحد تھے, اسی طرح یہ ملحد آئے تھے اور انہوں نے ایسے سٹوپڈ سے کویشچن رکھے لگائے ہوئے ہوتے تھے. اور یہ ان کو جب میں نے میری براڈ پہ دو دن ان کے ساتھ مناظرے ہوئے نا مفتی صاحب نے کیے, اور ان کے اوپر جو ہے نا ان یہ کوئی پروف ہی نہیں کر سکے ہر بات پہ طویل اور یہ وہ, لیکن اس کے بعد ان کی منجی ٹھک گئی تھی. آج سے 6 ماہ پہلے کی مرضیت لے لیں اور آج کی مرضیت لے لیں, یہ ایشین ایگل صاحب میرے ساتھ ہیں, یہ ہاں صاحب میرے ساتھ ہیں, مجھے یہ سارے جانتے ہیں. ٹھیک ہے, جب سے یہ رد قادیانیت کا کام شروع کیا ہے یہ پچھلے 2-2.5 سال سے میرے ساتھ ہیں, جب سے یہ براڈ چلائی شروع کی ہے یہ میرے ساتھ ہیں. ٹھیک ہے, لیکن میرا ایک ہی یہ ہے کہ اگر ایک بندہ, اب آپ میری براڈ پہ آئے ہیں نا, ٹھیک ہے, اس مین کہ میری جو ہے وہ 1% اوپر چلی گئی. یہی میں آپ لوگوں کو سمجھاتا ہوں, مسلمانوں کو ان کی براڈ پہ مت جائیں, اگر جاتے ہیں ان کو رپورٹ کریں اور باہر نکل جائیں, بلاک کر دیں. ٹھیک ہے, ان کی آئی ڈی اتنی اسٹرانگ نہیں رہے گی. دوسری بات, اگر مرضیہ کو ختم کرنا ہے نا, کیونکہ انہوں نے جو سوال لگائے ہوئے ہوتے ہیں نا سٹوپڈ سے سوال ہوتے ہیں, وفات عیسیٰ اور حیات عیسیٰ, ایک چھوٹا سا مثال ہے ختم نبوت. جی بالکل, یہی ان کا تعلق ہے ہی نہیں. اوریجنلی طور پہ اسلام کی روح سے دیکھا جائے نا, ان کا ان چیزوں سے کوئی تعلق ہی نہیں ہے, کیونکہ ہم ان کو مسلمان مانتے نہیں ہیں. تو ایک مسلمان ایک بغیر شک سے فتنے سے کس طرح بحث کر سکتا ہے نموس رسالت پہ؟ پہلے جس بندے کو تم نے کھڑا کیا اس کی شخصیت کو دیکھو, کیونکہ اللہ تعالیٰ کی ذات نے جو اس سے سب سے اچھا کام کروایا تھا وہ یہ تھا کہ مرزے کا گندا لٹریچر اس کے گندے ہاتھ سے گندے پیپر سے لکھوایا گیا اس سے کہ لکھ جو تو نے گناہ کیے, جو تو نے کفر کیا اپنے گندے ہاتھ سے لکھ کے چھوڑ جا. اگر مجھے ایک جہاں پہ 43 بندے سن رہے ہیں, اگر آج مرزے کا لٹریچر نہیں ہوتا, میں اپنی بات کرتا ہوں, میں اپنی بات بعد میں بتاتا ہوں, ایک سوال رکھا بہت بڑا آپ سے, اگر مرزے کا گندا لٹریچر نہیں ہوتا تو کیسے ہم ثابت کرتے کہ مرزا ایک لانتی شخص تھا؟ ہم تو صرف یہی کہہ سکتے تھے نا اس نے نبوت کا جھوٹا دعویٰ کیا تھا, اور کوئی پروف ہی نہیں تھا. لیکن یہ اللہ نے جو اس سے یہ اچھا کام کروایا اس سے کہ اس کے اپنے گندے عزائم جو ہیں وہ اس کے گندے ہاتھ سے لکھوا کے ابھی ان کی افیشیل ویب سائٹ پہ پڑے ہوئے ہیں, اگر آپ ان کو مرزے کو جھوٹا ثابت کر سکتے ہو نا, قرآن و حدیث سے نہیں کر سکتے, قرآن و حدیث سے آپ یہی کہہ سکتے ہو, اپنا عقیدہ بتا سکتے ہو, حاتم النبین لا نبی آبادی,
ठीक है, लेकिन अगर मिर्ज़े की किताबों पे जाएंगे ना, उसको आप जनाई साबित कर सकते हैं, उसको आप चोर साबित कर सकते हैं, उसको आप काना साबित कर सकते हैं, उसको आप गली तरीन जना को प्रमोट करने वाला शराबी कबाबी, ना उसने कभी नमाज पढ़ी, उसके पीछे से पिच पिच हो रहा है, एक गलीज से इंसान की जिंदगी उसने गुजारी है, वो सब कुछ आप मिर्ज़े की किताबों से साबित कर सकते हैं। तो इसमें कुरान